ਸਾਹਾਂ ਵਾਲੀ ਡੋਰੀ ਮੇਰੇ ਮਾਲਕ ਦੇ ਹੱਥ ਤੇ ਪਤਾ ਨਹੀਂ ਉਹ ਦੁਨੀਆ ਤੋਂ ਕਦੋਂ ਲਊ ਚੱਕ ਸਾਹਾਂ ਵਾਲੀ ਡੋਰੀ ਮੇਰੇ ਮਾਲਕ ਦੇ ਹੱਥ ਪਤਾ ਨਹੀਂ ਉਹ ਦੁਨੀਆ ਤੋਂ ਕਦੋਂ ਲਊ ਚੱਕ ਪਾਪਾ ਨਾ ਕਮਾਈ ਦਾ ਤੋਂ ਜੋੜ-ਜੋੜ ਰੱਖੇ ਪਾਪਾ ਨਾ ਕਮਾਈ ਦਾ ਤੋਂ ਜੋੜ-ਜੋੜ ਰੱਖੇ ਲੋਕੀ ਕਹਿਣਗੇ ਹੁੰਦਾ ਉਹ ਕਦੇ ਸੀ ਜਾਣਾ ਪੈਣਾ ਦੁਨੀਆ ਤੋਂ ਦੁਨੀਆ ਤੋਂ ਧਨ ਜੋੜ ਕੇ ਕਰੇਗਾ ਇੱਥੇ ਕੀ ਅ ਗੱਲ ਕਰਦੇ ਆ ਸਰ ਕਿ ਹਰੇਕ ਜੋ ਵੀ ਗਾਇਕ ਹੁੰਦਾ ਹੈ ਉਹਦੇ ਜ਼ਿੰਦਗੀ ਦੇ ਵਿੱਚ ਗੁਰੂ ਦਾ ਬਹੁਤ ਵੱਡਾ ਰੂਪ ਹੁੰਦਾ ਹੈ ਬਿਲਕੁਲ ਜੀ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਸਿੱਖਿਆ ਦੇ ਤੁਹਾਡੀ ਗਾਇਕੀ ਦੇ ਗੁਰੂ ਕੌਣ ਸਰ ਤੁਸੀਂ ਹਾਕਮ ਸੂਫੀ ਜੀ ਨਾਲ ਜਿਨ੍ਹਾਂ ਦਾ ਨਾਮ ਲੈਣਾ ਮਤਲਬ ਕਿ ਸਾਡੇ ਲਈ ਇੱਕ ਨਾਮ ਨਹੀਂ ਲੈ ਸਕਦੇ ਸੀ ਉਹਨਾਂ ਦਾ ਇੱਕ ਤੋਹੀਨ ਮੰਨੀ ਜਾਂਦੀ ਹੈ ਕਿ ਅਸੀਂ ਮੂੰਹ ਨਹੀਂ ਨਾਮ ਲੈ ਸਕਦੇ ਉਹਨਾਂ ਨਾਲ ਕਾਫੀ ਸਮਾਂ ਬਿਤਾਇਆ ਤੇ ਉਹਨਾਂ ਨਾਲ ਤੁਸੀਂ ਇੰਨਾ ਸਮਾਂ ਬਤਾਇਆ ਜਿਨ੍ਹਾਂ ਨੂੰ ਲੋਕ ਮਿਲਣ ਲਈ ਤਰਸਦੇ ਸੀਗੇ ਤੇ ਤੁਸੀਂ ਮੈਨੂੰ ਦੱਸਿਆ ਸੀਗਾ ਕਿ 2-2 ਘੰਟੇ ਤੱਕ ਵੇਟਿੰਗ 'ਚ ਬਹਿੰਦੇ ਸੀਗੇ ਲੋਕ ਕਿ ਇਸ ਨੂੰ ਨਾਲ ਮਿਲ ਕੇ ਜਾਣਾ ਕਿਉਂਕਿ ਪਹਿਲਾਂ ਫੋਨ ਨਹੀਂ ਹੁੰਦੇ ਸੀ ਇਹ ਬਿਲਕੁਲ ਗੱਲ ਸਹੀ ਹੈ ਜੀ ਮੈਂ ਨਾ ਉਹਨਾਂ ਦਾ ਛੋਟਾ ਬ੍ਰਦਰ ਅਨਿਸ਼ਤਰ ਸੂਫੀ ਉਹਨਾਂ ਦੇ ਕੋਲੋਂ ਸਲਾਈ ਦਾ ਕੰਮ ਸਿੱਖਦਾ ਹੁੰਦਾ ਸੀ ਜੀ ਜਦੋਂ ਤੁਹਾਡਾ ਮਨ ਕੀਤਾ ਦੇਖ ਕੇ ਤੁਸੀਂ ਪਹਿਲਾਂ ਸੂਫੀ ਸਾਹਿਬ ਨੂੰ ਕਿਹਾ ਜਾ ਕੇ ਕਿ ਮੈਂ ਤੁਹਾਡੇ ਤੋਂ ਸਿੱਖਣਾ ਚਾਹੁੰਦਾ ਜਾਂ ਉਹਨਾਂ ਨੇ ਆਪ ਹੀ ਤੁਹਾਨੂੰ ਬੁਲਾਇਆ ਨਹੀਂ ਸਰ ਪਹਿਲਾਂ ਉਹਨਾਂ ਤੋਂ ਡਰ ਹੀ ਬੜਾ ਲੱਗਦਾ ਸੀਗਾ ਅੱਛਾ ਹਿੰਮਤ ਨਹੀਂ ਪੈਂਦੀ ਸੀ ਕੋਈ ਵੀ ਗੱਲ ਕਰਨ ਦੀ ਉਹਨਾਂ ਸਾਹਮਣੇ ਜੀ ਅ ਸਰ ਜਦੋਂ ਆਪਾਂ ਇੱਕ ਗੁਰੂ ਨਾਲ ਸਮਾਂ ਬਤੀਤ ਕਰਦੇ ਆ ਤਾਂ ਉਹਨਾਂ ਦੀਆਂ ਕਾਫੀ ਗੱਲਾਂ ਬਾਰੇ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਉਹਨਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ ਜਾਂ ਉਹਨਾਂ ਦਾ ਲੈ ਜਾਂ ਕੋਈ ਵੀ ਮਿਲ ਵਰਤਾਅ ਕਿਸ ਤਰ੍ਹਾਂ ਦਾ ਹੈ ਨਾ ਤਾਂ ਕਿਸ ਤਰ੍ਹਾਂ ਦੇ ਸੀ ਸੂਫੀ ਸਾਹਿਬ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਸੁਣਦੀ ਤੇ ਕੰਨ ਥੱਕ ਗਏ ਮੇਰੇ ਨਿੱਤ ਨਵਾਂ ਕੋਈ ਲਾਰਾ ਸੁਣਦੀ ਦੇ ਕੰਨ ਥੱਕ ਗਏ ਮੇਰੇ ਨਿੱਤ ਨਵਾਂ ਕੋਈ ਲਾਰਾ ਮੈਂ ਤੇਰੀ ਕੋਠੀ ਕੀ ਕਰਨੀ ਮੈਂ ਤੇਰੀ ਕੋਠੀ ਕੀ ਕਰਨੀ ਆਪ ਤੂੰ ਬਾਹਰਵੇਂ ਸਰਦਾਰਾ ਮੈਂ ਤੇਰੀ ਕੋਠੀ ਕੀ ਕਰਨੀ ਆਪ ਤੂੰ ਬਾਹਰਵੇਂ ਸਰਦਾਰਾ ਇਹ ਤੁਸੀਂ ਜਿਵੇਂ ਆਪਣੇ ਦੋਸਤਾਂ ਨੂੰ ਯਾਦ ਰੱਖਦੇ ਹੋ ਨਾਲ ਉਹਨਾਂ ਦਾ ਨਾਮ ਯਾਦ ਰੱਖਿਆ ਤਾਂ ਬਹੁਤ ਵੱਡੀ ਗੱਲ ਹੈ ਨਹੀਂ ਤਾਂ ਕੀ ਹੁੰਦਾ ਕਿ ਸਹਿਯੋਗੀਆਂ ਨੂੰ ਬੰਦਾ ਪਹਿਲਾਂ ਭੁੱਲਦਾ ਜਦੋਂ ਵੀ ਕੋਈ ਚੀਜ਼ ਉਹਨਾਂ ਨੂੰ ਕਾਮਯਾਬੀ ਮਿਲ ਜਾਂਦੀ ਹੈ ਇਹ ਤੁਹਾਡੇ ਗੀਤ ਨੂੰ ਇੱਕ ਕਾਮਯਾਬੀ ਮਿਲੀ ਹੈ ਤਾਂ ਪਹਿਲਾਂ ਸਹਿਯੋਗਿਆਂ ਨੂੰ ਪਿੱਛੇ हट ਕੇ ਤੇ ਮੂਹਰ ਲਿਆਣ ਫਟਦਾ ਬੰਦਾ ਪਰ ਤੁਸੀਂ ਸਾਰਿਆਂ ਦਾ ਨਾਮ ਜ਼ਿਕਰ ਕੀਤਾ ਮੈਨੂੰ ਬਹੁਤ ਵਧੀਆ ਲੱਗਿਆ ਨਹੀਂ ਮੈਨੂੰ ਬਹੁਤ ਨਾ ਕਰ ਫਿਕਰ ਗੋਰੀਏ ਨੀ ਉਹ ਨਾ ਕਰ ਫਿਕਰ ਗੋਰੀਏ ਨੀ ਭਾਵੇਂ ਸੌਂਜੀ ਨੋਟ ਵਿਸ਼ਾ ਕੇ ਨਾ ਕਰ ਫਿਕਰ ਗੋਰੀਏ ਨੀ ਭਾਵੇਂ ਸੌਂਜੀ ਨੋਟ ਵਿਸ਼ ਰੰਗਲੇ ਪਣਗੜਾ ਹਾ ਕੇ ਤੁਰ ਗਿਆ ਦੂਰੋਂ ਤੇ ਸੇਚਵਾਰਾ ਰੰਗਲੇ ਪਣਗੜਾ ਹਾ ਕੇ ਤੁਰ ਗਿਆ ਦੂਰੋਂ ਤੇ ਸੇਚਵਾਰਾ मैं तेरी कोठी की करनी मैं तेरी कोठी की करनी आप तू तो बवे सरदारा मैं तेरी कोठी की करनी आप तू तो बवे सरदारा मापे बड़ी कीमती चीज है ਤੋੜੀ ਨਜ਼ਰ ਕਰਨ ਲੱਗਿਆ ਸ਼ੇਰ ਉਹ ਜਿਸ ਦਿਨ ਮੈਂ ਸ਼ਸ਼ਕਾਰ ਕਰਾ ਕੇ ਆਇਆ ਮਾਤਾ ਜੀ ਦਾ ਉਦ ਦੇ ਵਿੱਚ ਸ਼ੇਰ ਲਿਖਿਆ ਸੀ ਹਰ ਚੀਜ਼ ਖਰੀਦੀ ਜਾ ਸਕਦੀ ਮਾਪੇ ਨਾਲ ਮਿਲਣ ਬਾਜ਼ਾਰਾਂ ਚੋਂ ਹਰ ਚੀਜ਼ ਖਰੀਦੀ ਜਾ ਸਕਦੀ ਮਾਪੇ ਨਾਲ ਮਿਲਣ ਬਾਜ਼ਾਰਾਂ ਚੋਂ ਪੰਛੀ ਵੀ ਅੱਖੀਆਂ ਭਰ ਲੈਂਦੇ ਜਦੋਂ ਕੂੰਜ ਵਿਛੜ ਜੇ ਡਾਰਾਂ ਚੋਂ ਜਦੋਂ ਕੂੰਜ ਵਿਛੜ ਜੇ ਡਾਰਾਂ ਚੋਂ ਜੇ ਕਹਿੰਦੇ ਵੀ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਕਰਦੇ ਬੰਦੇ ਤਾਂ ਅਕਸਰ ਸਿੱਖਿਆ ਨਹੀਂ ਜਾਂਦਾ ਹੁੰਦਾ ਇੱਕ ਸਾਨੂੰ ਪਤਾ ਲੱਗਿਆ ਕਿ ਬਹੁਤ ਛੋਟੀ ਉਮਰ ਦੇ ਵਿੱਚ ਮੈਂ ਦਾ ਵਿਆਹ ਹੋ ਗਿਆ ਸੀ ਸਤਿ ਸ਼੍ਰੀ ਅਕਾਲ ਜੀ ਸਰਾਨੋ ਸਵਾਗਤ ਹੈ ਤੁਹਾਡਾ ਸਭ ਦਾ ਸਾਡੇ ਇਸ ਚੈਨਲ ਜਿਸ ਦਾ ਨਾਮ ਹੈ ਹਰਮਨ ਪੋਡਕਾਸਟ ਸਟੂਡੀਓ ਅੱਜ ਅਸੀਂ ਤੁਹਾਡੀ ਮੁਲਾਕਾਤ ਪੰਜਾਬ ਦੇ ਪ੍ਰਸਿੱਧ ਗਾਇਕ ਹਾਕਮ ਸੂਫੀ ਜੀ ਦੇ ਨਾਲ ਰਹਿ ਚੁੱਕੇ ਉਹਨਾਂ ਦੇ ਇੱਕ ਚੇਲੇ ਉਹਨਾਂ ਦੇ ਇੱਕ ਕੋਰਸ ਗਾਇਕ ਜਿਨ੍ਹਾਂ ਨੇ ਬੜੀ ਸ਼ਿੱਦਤ ਨਾਲ ਉਹਨਾਂ ਨਾਲ ਇੱਕ ਸਮਾਂ ਬਿਤਾਇਆ ਤੇ ਆਪਣੀ ਗਾਇਕੀ ਨੂੰ ਨਿਖਾਰਿਆ ਮੈਂ ਬਹੁਤ ਬਹੁਤ ਸਵਾਗਤ ਕਰਦਾ ਜੈਵਿਤਾ ਲਿਵਾਜ ਜੀ ਦਾ ਤੇ ਨਾਲ ਉਹਨਾਂ ਦੇ ਲਵਜੀਤਾ ਲਿਵਾਜ ਜੀ ਦਾ ਸਤਿ ਸ਼੍ਰੀ ਅਕਾਲ ਜੀ ਹਰਮਨ ਪੌਡਕਾਸਟ ਦੇ ਜਿੰਨੇ ਵੀ ਟੀਮ ਸਾਰੀ ਹਰਮਨ ਭਾਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਬੁਲਾ ਕੇ ਇਹਨਾਂ ਮਾਨ ਬਖਸ਼ਿਆ ਜਿੰਨੇ ਵੀ ਸਰੋਤੇ ਹਰਮਨ ਦੇ ਹਰਮਨ ਪੌਡਕਾਸਟ ਦੇ ਜਿੰਨੇ ਵੀ ਸਰੋਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰੋ ਪੰਜਾਬੀਓ ਜਿੰਦਾਬਾਦ ਤੇ ਅੱਜ ਦੀ ਇੰਟਰਵਿਊ ਦੀ ਸ਼ੁਰੂਆਤ ਮੈਂ ਇੱਕ ਧਾਰਮਿਕ ਸੌਂਗ ਜਿਹੜਾ ਸਚਾਈ ਬਿਲਕੁਲ ਸੱਚ ਜ਼ਿੰਦਗੀ ਦਾ ਸੱਚ ਹਰ ਬੰਦਾ ਪੈਸੇ ਦੀ ਦੌੜ ਪਿੱਛੇ ਭੱਜਿਆ ਫਿਰਦਾ ਜੀ ਇਹਾਂ ਦੀ ਗੱਲ ਹੂੰ ਸਾਹਾਂ ਵਾਲੀ ਡੋਰੀ ਮੇਰੇ ਮਾਲਕ ਦੇ ਹੱਥ ਤੇ ਪਤਾ ਨਹੀਂ ਉਹ ਦੁਨੀਆ ਤੋਂ ਕਦੋਂ ਲਊ ਚੱਕ ਸਾਹਾਂ ਵਾਲੀ ਡੋਰੀ ਮੇਰੇ ਮਾਲਕ ਦੇ ਹੱਥ ਪਤਾ ਨਹੀਂ ਉਹ ਦੁਨੀਆ ਤੋਂ ਕਦੋਂ ਲਊ ਚੱਕ ਪਾਪਾ ਨਾ ਕਮਾਈ ਕਾ ਤੋਂ ਜੋੜ-ਜੋੜ ਰੱਖੇ ਪਾਪਾ ਨਾ ਕਮਾਈ ਕਾ ਤੋਂ ਜੋੜ-ਜੋੜ ਰੱਖੇ ਲੋਕੀ ਕਹਿਣਗੇ ਹੁੰਦਾ ਉਹ ਕਦੇ ਸੀ ਜਾਣਾ ਪੈਣਾ ਦੁਨੀਆ ਤੋਂ ਦੁਨੀਆ ਤੋਂ ਧਨ ਜੋੜ ਕੇ ਕਰੇਗਾ ਇੱਥੇ ਕੀ ਹੋ ਸ਼ੁਕਰਮਨਾ ਆਇਆ ਕਰੀ ਰੁੱਖੀ ਮਿਸੀ ਖਾ ਕੇ ਤੂੰ ਜ਼ਿੰਦਗੀ ਦੀ ਤਾਣੀ ਕਾ ਤੋ ਬੈਠਾ ਅਲ ਜਾ ਕੇ ਤੂੰ ਸ਼ੁਕਰਮਨਾ ਆਇਆ ਕਰੀ ਰੁੱਖੀ ਮਿਸੀ ਖਾ ਕੇ ਤੂੰ ਜ਼ਿੰਦਗੀ ਦੀ ਤਾਣੀ ਕਾ ਤੋ ਬੈਠਾ ਅਲ ਜਾ ਕੇ ਤੂੰ ਭੇਜਿਆ ਸੀ ਤੈਨੂੰ ਕੱਟ ਲਵੇਂਗਾ ਚਰਾਸੀ ਭੇਜਿਆ ਸੀ ਤੈਨੂੰ ਕੱਟ ਲਵੇਂਗਾ ਚਰਾਸੀ ਜੈ ਵੀ ਟੜ ਕੇ ਲੈਂਦਾ ਥੂ ਕਿੱਥੋਂ ਪੀਆ ਜਾਣਾ ਪੈਣਾ ਦੁਨੀਆ ਤੋਂ ਦੁਨੀਆ ਤੋਂ ਧੰਨ ਜੋੜ ਕੇ ਕਰੇਗਾ ਇੱਥੇ ਕੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇੱਥੇ ਆਉਂਦਾ ਕਹਿੰਦੇ ਜਿਹੜੇ ਸਿੰਗਰ ਹੁੰਦੇ ਆ ਉਹਨਾਂ ਨੂੰ ਅਕਸਰ ਖਾੜਿਆ ਤੋਂ ਵੇਰ ਨਹੀਂ ਮਿਲਦੀ ਕਿ ਪਰ ਉਹਨਾਂ ਦਾ ਇੱਕ ਇੱਕ ਸਮਾ ਜਿਹੜਾ ਬਹੁਤ ਕੀਮਤੀ ਹੁੰਦਾ ਹੈ ਇੱਕ ਇੱਕ ਮਿੰਟ ਕੀਮਤੀ ਹੁੰਦਾ ਹੈ ਪਰ ਤੁਸੀਂ ਸਾਡੇ ਇੱਕ ਸੱਦੇ ਤੇ ਆਏ ਬਹੁਤ ਖੁਸ਼ੀ ਹੋਈ ਆ ਗੱਲ ਕਰਦੇ ਆ ਸਰ ਕਿ ਹਰੇਕ ਜੋ ਵੀ ਗਾਇਕ ਹੁੰਦਾ ਹੈ ਉਹਦੇ ਜ਼ਿੰਦਗੀ ਦੇ ਵਿੱਚ ਗੁਰੂ ਦਾ ਬਹੁਤ ਵੱਡਾ ਰੂਪ ਹੁੰਦਾ ਹੈ ਬਿਲਕੁਲ ਜੀ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਸਿੱਖਿਆ ਦੇ ਤੁਹਾਡੀ ਗਾਇਕੀ ਦੇ ਗੁਰੂ ਕੌਣ ਸਰ ਮੇਰੇ ਗੁਰੂ ਜੀ ਉਸਤਾਦ ਮੁਖਤਬੀ阿里 ਸ਼ਰਮਾ ਜੀ ਜਿਨ੍ਹਾਂ ਤੋਂ ਮੈਂ ਮਿਊਜ਼ਿਕ ਦੀ تعلیم ਲਈ ਹੈ ਜੀ ਤੇ ਉਹਨਾਂ ਦਾ ਮੇਰੇ ਸਿਰ ਤੇ ਬਹੁਤ ਵੱਡਾ ਹੱਥ ਹੈ ਤੁਸੀਂ ਹਾਕਮ ਸੂਫੀ ਜੀ ਨਾਲ ਜਿਨ੍ਹਾਂ ਦਾ ਨਾਮ ਲੈਣਾ ਮਤਲਬ ਕਿ ਸਾਡੇ ਲਈ ਇੱਕ ਨਾਮ ਨਹੀਂ ਲੈ ਸਕਦੇ ਸੀ ਉਹਨਾਂ ਦਾ ਇੱਕ ਤੋਹੀਨ ਮੰਨੀ ਜਾਂਦੀ ਹੈ ਕਿ ਅਸੀਂ ਮੂੰਹ ਨਹੀਂ ਨਾਮ ਲੈ ਸਕਦੇ ਉਹਨਾਂ ਨਾਲ ਕਾਫੀ ਸਮਾਂ ਬਿਤਾਇਆ ਹਾਂ ਜੀ ਬਹੁਤ ਵੱਡਾ ਨਾਮ ਆਯੂ ਪੰਜਾਬੀ ਗਾਇਕੀ ਦੇ ਬਾਬਾ ਬੋੜ ਸਵਰਗੀ ਹਾਕਮ ਸੂਫੀ ਜੀ ਜੀ ਜਿਨ੍ਹਾਂ ਦੇ ਨਾਲ ਮੈਂ ਕਾਫੀ ਸਮਾਂ 13-14 ਸਾਲ ਕੋਰਸ ਬੋਲਿਆ ਜੀ ਤੇ ਗੀਤ ਲਿਖਣ ਕੇ ਉਹਨਾਂ ਨੂੰ ਬਖਾਉਣੇ ਗੀਤ ਉਹਨਾਂ ਤੋਂ ਚੈੱਕ ਕਰਾਉਣੇ ਤੇ ਮੈਨੂੰ ਆਪਣੇ ਆਪ ਦੇ ਵਿੱਚ ਨਾ ਬੜਾ ਫਖਰ ਮਹਿਸੂਸ ਹੁੰਦਾ ਸੀ ਜਦੋਂ ਮੈਂ ਸੌਂਗ ਉਹਨਾਂ ਨੂੰ ਦਿਖਾਉਂਦਾ ਸੀ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੇ ਸਾਡੇ ਪੰਜਾਬ ਦੇ ਪੰਜਾਬ ਦੀ ਗਾਇਕੀ ਦੇ ਬਾਬਾ ਬੋੜ ਜਿਵੇਂ ਤੁਸੀਂ ਕਿਹਾ ਤੇ ਉਹਨਾਂ ਨਾਲ ਤੁਸੀਂ ਇੰਨਾ ਸਮਾਂ ਬਤਾਇਆ ਜਿਨ੍ਹਾਂ ਨੂੰ ਲੋਕ ਮਿਲਣ ਲਈ ਤਰਸਦੇ ਸੀਗੇ ਤੇ ਤੁਸੀਂ ਮੈਨੂੰ ਦੱਸਿਆ ਸੀਗਾ ਕਿ 2-2 ਘੰਟੇ ਤੱਕ ਵੇਟਿੰਗ 'ਚ ਬਹਿੰਦੇ ਸੀਗੇ ਲੋਕ ਕਿ ਇਸ ਨੂੰ ਉਹਨਾਂ ਨੂੰ ਮਿਲ ਕੇ ਜਾਣਾ ਹੈ ਉਕੇ ਪਹਿਲਾਂ ਫੋਨ ਨਹੀਂ ਹੁੰਦੇ ਸੀ ਇਹ ਬਿਲਕੁਲ ਗੱਲ ਸਹੀ ਹੈ ਜੀ ਮੈਂ ਨਾ ਉਹਨਾਂ ਦਾ ਛੋਟਾ ਬ੍ਰਦਰ ਨਿਸ਼ਾਤਰ ਸੂਫੀ ਉਹਨਾਂ ਦੇ ਕੋਲੋਂ ਸਲਾਈ ਦਾ ਕੰਮ ਸਿੱਖਦਾ ਹੁੰਦਾ ਸੀ ਜੀ ਤੇ ਜਦੋਂ ਮੈਂ ਕਿਸੇ ਨੂੰ ਬਲਕੇ ਉਹਨਾਂ ਦੇ ਘਰ ਮਿਲਣ ਆਉਣਾ ਉਹਨਾਂ ਦੇ ਨੋਕੀ ਚਾਉਣ ਵਾਲਿਆਂ ਨੇ ਦੋ ਦੋ ਤਿੰਨ ਤਰ ਉਹਦੋਂ ਫੋਨ ਫੋਨ ਤਾਂ ਹੁੰਦੇ ਨਹੀਂ ਸੀਗੇ ਬਿਲਕੁਲ ਜੀ ਤੇ ਦੋ ਦੋ ਤਿੰਨ ਤਿੰਨ ਘੰਟੇ ਵੇਟ ਕਰਦੇ ਫਿਰ ਮੇਰੇ ਦਿਲ ਨੂੰ ਬੜਾ ਚੰਗਾ ਲੱਗਣਾ ਯਾਰ ਇਹ ਬਹੁਤ ਵਧੀਆ ਯਾਰ ਇੰਨੀ ਕੁਆਲਿਟੀ ਇਹਨਾਂ ਚ ਵੀ ਇਹਨਾਂ ਨਾਲ ਚਰ ਬੈੱਕੇ ਬੰਦੇ ਵੇਟ ਕਰਦੇ ਆ ਯਾਰ ਬੜੀ ਖੁਸ਼ੀ ਮਿਲਦੀ ਸੀ ਮਨ ਨੂੰ ਤੁਸੀਂ ਜਦੋਂ ਤੁਹਾਡਾ ਮਨ ਕੀਤਾ ਦੇਖ ਕੇ ਸੂਫੀ ਸਾਹਿਬ ਨੂੰ ਕਿਹਾ ਜਾ ਕੇ ਕਿ ਮੈਥਡ ਉਹ ਸਿੱਖਣਾ ਚਾਹਣਾ ਜਾਂ ਉਹਨਾਂ ਨੇ ਆਪ ਹੀ ਤੁਹਾਨੂੰ ਬੁਲਾਇਆ ਨਹੀਂ ਸਰ ਪਹਿਲਾਂ ਉਹਨਾਂ ਤੋਂ ਡਰੀ ਬੜਾ ਲੱਗਦਾ ਸੀਗਾ ਅੱਛਾ ਜੀ ਹਿੰਮਤ ਨਹੀਂ ਪੈਂਦੀ ਸੀ ਕੋਈ ਵੀ ਗੱਲ ਕਰਨ ਦੀ ਉਹਨਾਂ ਸਾਹਮਣੇ ਜੀ ਤੇ ਪਹਿਲਾਂ ਮੈਨੂੰ ਲਿਖਣ ਦਾ ਸ਼ੌਂਕ ਪੈਦਾ ਹੋਇਆ ਜੀ ਲਿਖਦਾ ਰਿਹਾ ਫਿਰ ਉਸ ਤੋਂ ਬਾਅਦ ਮੇਰਾ ਦੋਸਤ ਇੱਕ ਸ਼ੰਮੀ ਸਹਿਲ ਉਹਨਾਂ ਨੇ ਮੈਨੂੰ ਇਸ ਫੀਲਡ ਚ ਲੈ ਕੇ ਆਂਦਾ ਫਿਰ ਉਸ ਤੋਂ ਬਾਅਦ ਜਦ ਸੂਫੀ ਸਾਹਿਬ ਨੂੰ ਪਤਾ ਲੱਗਿਆ ਵੀ ਗਾਉਣ ਲੱਗ ਪਿਆ ਫਿਰ ਉਹਨਾਂ ਨੇ ਮੈਨੂੰ ਨਾਲ ਰੱਖਿਆ ਜੀ ਤੇ ਕਿੰਨਾ ਸਮਾਂ ਹੋ ਗਿਆ ਸਰ ਤੁਹਾਨੂੰ ਗਾਉਂਦੇ ਨੂੰ ਮੈਨੂੰ ਜੀ ਹੋ ਗਿਆ ਦੀ 32 ਸਾਲ ਹੋ ਗਈ ਜੀ ਗਾਉਂਦੇ ਨੇ 32 ਸਾਲ ਸਰ ਤੁਹਾਡੀ ਉਮਰ ਵੇਖ ਕੇ ਲੱਗਦਾ ਨਹੀਂਗਾ ਕਿ ਤੁਸੀਂ ਕਾਫੀ ਛੋਟੀ ਉਮਰ ਚ ਸਿੱਖਣਾ ਸ਼ੁਰੂ ਕਰਤਾ ਸੀ ਜਾਂ ਗਾਉਣਾ ਸ਼ੁਰੂ ਕਰਤਾ ਸੀ ਨਹੀਂ ਮੈਂ 22-30 ਸਾਲ ਦੀ ਉਮਰ 'ਚ ਸ਼ੁਰੂ ਕੀਤਾ ਸੀਗਾ ਜੀ ਤੇ ਉਦੋਂ ਤੋਂ ਸ਼ੁਰੂ ਕੀਤਾ ਹੁਣ ਤੱਕ ਬਸ ਮੁਖਤਬੀਰ ਸ਼ਰਮਾ ਜੀ ਕੋਲੇ ਸਟੇਜ ਦੀ ਤਲਿਮ ਤੁਹਾਨੂੰ ਦੱਸਿਆ ਮੈਂ ਹਾਕਮ ਸੂਫੀ ਜੀ ਜੀ ਸਰ ਜਦੋਂ ਆਪਾਂ ਇੱਕ ਗੁਰੂ ਨਾਲ ਸਮਾਂ ਬਤੀਤ ਕਰਦੇ ਆਂ ਤਾਂ ਉਹਨਾਂ ਦੀਆਂ ਕਾਫੀ ਗੱਲਾਂ ਬਾਰੇ ਆਪਾਂ ਨੂੰ ਪਤਾ ਲੱਗ ਜਾਂਦਾ ਉਹਨਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ ਜਾਂ ਉਹਨਾਂ ਦਾ ਲੈ ਜਾਂ ਕੋਈ ਵੀ ਮਿਲ ਵਰਤਾਵ ਕਿਸ ਤਰ੍ਹਾਂ ਦਾ ਹਨਾ ਤਾਂ ਕਿਸ ਤਰ੍ਹਾਂ ਦੇ ਸੀ ਸੂਫੀ ਸਾਹਿਬ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਨਿੱਜੀ ਜ਼ਿੰਦਗੀ ਦੇ ਵਿੱਚ ਉਹ ਸਪਸ਼ਟਵਾਦੀ ਸੀਗੇ ਜੋ ਗੱਲ ਕਹਿ ਦੇਣੀ ਮੂੰਹ ਤੇ ਕਹਿ ਦੇਣੀ ਕਦੇ ਕੁਝ ਲੁਕੋ ਕੇ ਨਹੀਂ ਰੱਖਦੇ ਸੀ ਮਨ ਦੇ ਵਿੱਚ ਫਿਰ ਕਿਸੇ ਨੂੰ ਕਿਸੇ ਕੋਲ ਗੱਲ ਕੋਈ ਕਹਿ ਦੇਣੀ ਫਿਰ ਉਹਦੇ ਪ੍ਰਤੀ ਰੋਸ ਨਹੀਂ ਰੱਖਦੇ ਸੀ ਜਿਹੜੀ ਗੱਲ ਕਹਿਣੀ ਮੂੰਹ ਤੇ ਕਹਿਣੀ ਠੀਕ ਹੈ ਜੀ ਹਾਂ ਇਦਾਂ ਦਾ ਸੁਭਾਅ ਸੀ ਤੇ ਮੈਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਸਪਸ਼ਟਵਾਦੀ ਹੁੰਦੇ ਆ ਗੱਲ ਮੂੰਹ ਤੇ ਕਹਿ ਦਿੰਦੇ ਆ ਅਕਸਰ ਲੋਕ ਉਹਨਾਂ ਨਾਲ ਰੁੱਸਾ ਰੱਖਦੇ ਆ ਜਿਹਨ ਹੁੰਦਾ ਸੀ ਸੂਫੀ ਸਾਹਿਬ ਦਾ ਜਮਾ ਪਰਵਾਹੀ ਨਹੀਂ ਕਰਦੇ ਸੀ ਕਿਸੇ ਗੱਲ ਦੀ ਕੋਈ ਮਰਜ਼ੀ ਕੋਈ ਖੁਸ਼ ਰੱਖੀ ਜਾਵੇ ਪਰ ਜਿਹੜੀ ਉਹਨਾਂ ਨੇ ਗੱਲ ਕਹਿਣੀ ਹੈ ਕਹਿ ਦੇਣੀ ਹੈ ਹਟ ਦੇਣੀ ਸੀ ਸਟੇਟੇ ਵੀ ਕਹਿ ਦਿੰਦੇ ਸੀ ਤੇ ਜਦੋਂ ਸਿਖਾਉਂਦੇ ਸੀ ਆਪਣੇ ਬੱਚਿਆਂ ਨੂੰ ਜਾਂ ਆਪਣੇ ਚੇਲਿਆਂ ਨੂੰ ਹਨਾ ਜੋ ਨਾਲ ਕੋਲ ਸਿੱਖਣ ਆਉਂਦੇ ਸੀਗੇ ਉਹਨਾਂ ਨਾਲ ਉਹਨਾਂ ਦਾ ਬਤੇਰਾ ਕਿਸ ਤਰ੍ਹਾਂ ਦਾ ਸੀ ਐਦਾਂ ਸੀਗਾ ਜਿਵੇਂ ਪਿਓ ਪੁੱਤ ਦਾ ਹੁੰਦਾ ਮੇਰੇ ਨਾਲ ਵੀ ਐਦਾਂ ਸੀ ਜਿਵੇਂ ਪਿਓ ਪੁੱਤ ਦਾ ਇੱਕ ਐਕਸੀਡੈਂਟ ਹੋ ਗਿਆ ਸੀ ਉਹਦੇ ਵਿੱਚ ਮੈਂ ਕਾਫੀ ਉਹਨਾਂ ਦੀ ਦੇਖਭਾਲ ਜੋ ਮੇਰਾ ਫਰਜ਼ ਬਣਦਾ ਸੀ ਮੈਂ ਕੀਤਾ ਤੇ ਮੈਨੂੰ ਕਹਿ ਦਿੰਦੇ ਸੀ ਕਹਿੰਦਾ ਕੋਈ ਪਿਛਲੀ ਜਨਮ ਦੀ ਆਪਣੀ ਸਾਂਝ ਆ ਜਾ ਤੂੰ ਮੇਰਾ ਪੁੱਤ ਹੈ ਤੇ ਐਨਾ ਕੋਈ ਗੱਲ ਹੈਗੀ ਐ ਜੀ ਐਨਾ ਕਹਿ ਦਿੰਦੇ ਸੀ ਸੂਫੀ ਸਾਹਿਬ ਦੇ ਜੋ ਪਰਿਵਾਰ ਮੈਂ ਪਰਿਵਾਰਕ ਮੈਂਬਰ ਸੀ ਹਾਂਜੀ ਉਹ ਤੁਹਾਡੇ ਨਾਲ ਅਜ ਵਰਤਦੇ ਨੇ ਜਾਂ ਟੱਚ ਵਿੱਚ ਹੈਗੇ ਉਹ ਬਿਲਕੁਲ ਟੱਚ ਸਾਰਾ ਪਰਿਵਾਰ ਵਧੀਆ ਮੈਨੂੰ ਬਹੁਤ ਪਿਆਰ ਕਰਦਾ ਬਹੁਤ ਸਤਿਕਾਰ ਕਰਦੇ ਆ ਮੈਂ ਵੀ ਬਹੁਤ ਸਤਿਕਾਰ ਕਰਦਾ ਉਹਨਾਂ ਦਾ ਜਦੋਂ ਤੁਸੀਂ ਸੂਫੀ ਸਾਹਿਬ ਨਾਲ ਇੰਨਾ ਸਮਾਂ ਬਤੀਤ ਕਰਦੇ ਸੀ ਤਾਂ ਜ਼ਾਹਿਰ ਜੀ ਗੱਲ ਹੈ ਕਿ ਤੁਸੀਂ ਆਪਣੇ ਪਰਿਵਾਰ ਨੂੰ ਘੱਟ ਸਮਾਂ ਦਿੰਦੇ ਹੋਵੋਗੇ ਤਾਂ ਤੁਹਾਡੇ ਪਰਿਵਾਰਕ ਮੈਂਬਰਾਂ ਨੇ ਕਦੇ ਇਤਰਾਜ ਨਹੀਂ ਜਤਾਇਆ ਇਸ ਚੀਜ਼ ਦਾ ਨਹੀਂ ਇਸ ਗੱਲ ਦਾ ਨਹੀਂ ਕੀਤਾ ਜੀ ਕਦੇ ਕਦੇ ਵੀ ਨਹੀਂ ਕੀਤਾ ਉਹਨਾਂ ਨੇ ਜਦੋਂ ਤੁਹਾਡੀ ਪਹਿਲੀ ਰਿਕਾਰਡਿੰਗ ਹੋਈ ਆ ਹਾਂਜੀ ਤਾਂ ਸੂਫੀ ਸਾਹਿਬ ਦਾ ਅਸ਼ੀਰਵਾਦ ਲੈ ਕੇ ਰਿਕਾਰਡਿੰਗ ਕੀਤੀ ਜਿਆ ਉਹਨਾਂ ਦੇ ਜਾਣ ਤੋਂ ਬਾਅਦ ਰਿਕਾਰਡਿੰਗ ਹੋਈ ਨਹੀਂ ਉਹ ਰਿਕਾਰਡਿੰਗ ਤਾਂ ਮੇਰਾ ਦੋਸਤ ਸ਼ੰਮੀ ਸਹਿਲ ਤੇ ਉਹ ਅਸੀਂ ਮੈਂ ਗੀਤ ਲਿਖਦਾ ਹੁੰਦਾ ਸੀਗਾ ਤੇ ਅਸੀਂ ਦੋਨਾਂ ਨੇ ਰਲ ਕੇ ਚਾਰ ਗੀਤ ਉਹਨਾਂ ਦੇ ਸੀ ਚਾਰ ਮੇਰੇ ਸੀਗੇ ਜੀ ਅ ਅਮਰਜੀਤ ਗਿੱਲ ਬਟੰਡੇ ਦਾ ਮਿਊਜ਼ਿਕ ਡਾਇਰੈਕਟਰ ਸੀ ਉਹਨਾਂ ਨੇ ਕੀਤੀ ਸੀਗੀ ਤੁਸੀਂ ਇੱਕ ਪਿੱਛੇ ਜੇ ਇੱਕ ਗੀਤ ਕੀਤਾ ਹਾਂਜੀ ਬੜਾ ਪਿਆਰਾ ਗੀਤ ਆ ਅਸੀਂ ਉਹ ਗੀਤ ਗੀਤ ਵੀ ਸੁਣਿਆ ਉਹਦਾ ਲਿੰਕ ਵੀ ਅਸੀਂ ਆਪਣੇ ਪੋਡਕਾਸਟ ਦੇ ਉੱਪਰ ਸ਼ੇਅਰ ਜਰੂਰ ਕਰਾਂਗੇ ਥੈਂਕ ਯੂ ਵੀਰ ਜੀ ਹਰਮਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਉਹ ਗੀਤ ਦੇ ਪਿੱਛੇ ਕੀ ਕਹਾਣੀ ਹੈ ਕਿ ਕਿੰਨਾ ਕਿੰਨਾ ਲੋਕਾਂ ਨੇ ਤੁਹਾਨੂੰ ਸਪੋਰਟ ਕੀਤਾ ਤੇ ਮੈਨੂੰ ਇਹ ਵੀ ਸੁਣਨ ਚ ਆਇਆ ਕਿ ਉਸ ਗੀਤ ਨੂੰ ਹੰਗਾਰਾ ਬਹੁਤ ਵਧੀਆ ਮਿਲਿਆ ਹਾਂਜੀ ਨਹੀਂ ਬਹੁਤ ਵਧੀਆ ਸੁਰਤਿਆਂ ਵੱਲੋਂ ਬਹੁਤ ਵਧੀਆ ਹੰਗਾਰਾ ਗੋਇਲ میوزਿਕ ਕੰਪਨੀ ਹੈਪੀ ਗੋਇਲ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਬੜੀ ਸਪੋਰਟ ਕੀਤੀ ਉਹਨਾਂ ਨੇ 22 ਬਲਦੇਵ ਮਾਨ ਕੈਨੇਡਾ ਡੈਂਪਲ ਆਸਟ੍ਰੇਲੀਆ ਮੁਕੇਸ਼ ਗਿੱਦੜਬਹਾ ਡਾਲਰ ਸ਼ਰਮਾ ਜੀ ਤੇ ਗੁਰਬਾਜ ਗਿੱਲ ਗਰਮੀਤ ਢਾਲੀਵਾਲ ਸਾਹਿਬ ਜੀ ਬਠਿੰਡਾ ਗਰਮੀਤ ਫਰੂਟ ਕੰਪਨੀ ਬਠਿੰਡਾ ਤੇ ਦਵਿੰਦਰ ਦੇਵ ਬੰਟੀ ਸੰਧੂ ਪੱਪੂ ਮਿਹੜੀ ਤੇ ਸੁਖਪਾਲ ਫੌਜੀ ਮੇਰਾ ਵੀਰ ਭੀਮ ਬਹੁਤ ਸਾਰੇ ਦੋਸਤਾਂ ਨੇ ਅਸੀਂ ਜਿਹੜੇ ਹੈਗੇ ਆ ਜਿਨ੍ਹਾਂ ਨੇ ਬਹੁਤ ਸਹਿਯੋਗ ਕੀਤਾ ਬੰਟੀ ਬਠਿੰਡਾ ਰਾਜਾਪੁਰ ਲੋਰ ਬਹੁਤ ਸਾਰੇ ਮਿੱਤਰ ਨੇ ਬਹੁਤ ਪੁਰਾਣੇ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਭਾਜੀ ਤੁਸੀਂ ਜਿਵੇਂ ਆਪਣੇ ਦੋਸਤਾਂ ਨੂੰ ਯਾਦ ਰੱਖਦੇ ਹੋ ਨਾਲ ਉਹਨਾਂ ਦਾ ਨਾਮ ਯਾਦ ਰੱਖਿਆ ਤਾਂ ਬਹੁਤ ਵੱਡੀ ਗੱਲ ਹੈ ਨਹੀਂ ਤਾਂ ਕੀ ਹੁੰਦਾ ਕਿ ਸਹਿਯੋਗੀਆਂ ਨੂੰ ਬੰਦਾ ਪਹਿਲਾਂ ਭੁੱਲਦਾ ਜਦੋਂ ਵੀ ਕੋਈ ਚੀਜ਼ ਉਹਨਾਂ ਨੂੰ ਕਾਮਯਾਬੀ ਮਿਲ ਜਾਂਦੀ ਹੈ ਜਾਂ ਤੁਹਾਡੇ ਗੀਤ ਨੂੰ ਇੱਕ ਕਾਮਯਾਬੀ ਮਿਲੀ ਹੈ ਤਾਂ ਪਹਿਲਾਂ ਸਹਿਯੋਗੀਆਂ ਨੂੰ ਪਿੱਛੇ ਹਟਕੇ ਤੇ ਮੂਰਿਆਂ ਨੂੰ ਫੜਦਾ ਬੰਦਾ ਪਰ ਤੁਸੀਂ ਸਾਰਿਆਂ ਦਾ ਨਾਮ ਜ਼ਿਕਰ ਕੀਤਾ ਮੈਨੂੰ ਬਹੁਤ ਵਧੀਆ ਲੱਗਿਆ ਨਹੀਂ ਮੈਨੂੰ ਬਹੁਤ ਪਿਆਰ ਕਰਦੇ ਹੀ ਬਹੁਤ ਸਹਿਯੋਗ ਦਿੰਦੇ ਬਹੁਤ ਸਾਥ ਦਿੰਦੇ ਮੈਨੂੰ ਸਿਰ ਵੈਸੇ ਤਾਂ ਸਾਡੇ ਸਰੋਤੇ ਇਹ ਗੀਤ ਨੂੰ YouTube ਤੇ ਵੀ ਸੁਣ ਲੈਣਗੇ ਪਰ ਬੜਾ ਵਧੀਆ ਲੱਗੂਗਾ ਜਿਸ ਗੀਤ ਦੇ ਦੋ ਬੋਲ ਅਸੀਂ ਲਾਈਵ ਜ਼ਰੂਰ ਸੁਣਗੇ ਹਾਂਜੀ ਸੁਣਨ ਦੀ ਤੇ ਕਨ ਥੱਕ ਕੇ ਮੇਰੇ ਨਿੱਤ ਨਵਾਂ ਕੋਈ ਨਾਰਾ ਸੁਣਨ ਦੀ ਕਨ ਥੱਕ ਕੇ ਮੇਰੇ ਨਿੱਤ ਨਵਾਂ ਕੋਈ ਨਾਰਾ ਮੈਂ ਤੇਰੀ ਕੋਠੀ ਕੀ ਕਰਨੀ ਮੈਂ ਤੇਰੀ ਕੋਠੀ ਕੀ ਕਰਨੀ ਆਪ ਤੂੰ ਬਾਹਰਵੇਂ ਸਰਦਾਰਾ ਮੈਂ ਤੇਰੀ ਕੋਠੀ ਕੀ ਕਰਨੀ ਆਪ ਤੂੰ ਬਾਹਰਵੇਂ ਸਰਧਾਰਾ ਉਹ ਸਾਰੇ ਕੱਟ ਕਰ ਦੂੰ ਪੂਰੇ ਮੈਂ ਵਿਦੇਸ਼ੋਂ ਆਕੇ ਸਾਰੇ ਕੱਟ ਕਰ ਦੂੰ ਪੂਰੇ ਮੈਂ ਵਿਦੇਸ਼ੋਂ ਆਕੇ ਨਾ ਕਰ ਫਿਕਰ ਗੋਰੀਏ ਨੀ ਉਹ ਨਾ ਕਰ ਫਿਕਰ ਗੋਰੀਏ ਨੀ ਭਾਵੇਂ ਸੌਂਜੀ ਨੋਟ ਵਿਛਾਕੇ ਨਾ ਕਰ ਫਿਕਰ ਗੋਰੀਏ ਨੀ ਭਾਵੇਂ ਸੌਂਜੀ ਨੋਟ ਵਿਛਾਕੇ ਤੇ ਬੇਤੀਆਂ ਮੰਗੂ ਰੱਖਦੀ ਬਾਪੂ ਵੀ ਨਾ ਚਿੜਕੇ ਵੇ ਬੇਤੀਆਂ ਵੰਗੂਰਕ ਦੀ ਬਾਪੂ ਵੀ ਨਾ ਚੜਕੇ ਬੜੀ ਚੰਗੀ ਤੇਰੀ ਭਾਬੀ ਮਾਇਆ ਆਪੇ ਹੀ ਦਿਰੜਕੇ ਬੜੇ ਰੰਗਲੇ ਭੰਗੜਾ ਹਾਕੇ ਦੂਰ ਗਿਆ ਦੂਰੋਂ ਦਸੇਚਵਾਰਾ ਰੰਗਲੇ ਭੰਗੜਾ ਹਾਕੇ ਦੂਰ ਗਿਆ ਦੂਰੋਂ ਦਸੇਚਵਾਰਾ ਮੈਂ ਤੇਰੀ ਕੋਠੀ ਕੀ ਕਰਨੀ ਮੈਂ ਤੇਰੀ ਕੋਠੀ ਕੀ ਕਰਨੀ ਆਪ ਤੂੰ ਬਾਹਰਵੇਂ ਸੰਧਾਰਾ ਮੈਂ ਤੇਰੀ ਕੋਠੀ ਕੀ ਕਰਨੀ ਆਪ ਤੂੰ ਬਾਰਵੇਂ ਸਰਦਾਰਾ ਉਹ ਗਿੱਦੜ ਬਹਿ ਦੀ ਧਰਤੀ ਉੱਤੇ ਜਦ ਮੈਂ ਪੈਰ ਟਿਕਾਉਂ ਆ ਸਭ ਤੋਂ ਪਹਿਲਾਂ ਮੇਰੀਏ ਜਾਨੇ ਤੈਨੂੰ ਫਤਿਹ ਬੁਲਾਉਂ ਸਭ ਤੋਂ ਪਹਿਲਾਂ ਮੇਰੀਏ ਜਾਨੇ ਤੈਨੂੰ ਫਤਿਹ ਬੁਲਾਉਂ ਜਾਣ ਲੱਗਿਆ ਜੈ ਵੀ ਤੈਨੂੰ ਲੈ ਜੂ ਜਾ ਚੜਾ ਕੇ ਜਾਣ ਲੱਗਿਆ ਜੈ ਵੀ ਤੈਨੂੰ ਲੈ ਜੂ ਜਾ ਚੜਾ ਕੇ ਨੀ ਨਾ ਕਰ ਫਿਕਰ ਗੋਰੀਏ ਨੀਆ ਭਾਵੇਂ ਸੌਂਜੀ ਨੋਟ ਵਿਸ਼ਾ ਕੇ ਨਾ ਕਰ ਫਿਕਰ ਗੋਰੀਏ ਨੀਆ ਪਾ ਮੇ ਸੌਂ ਜੀ ਨੋਟ ਵਿਚ ਆ ਕੇ ਜੇਕਰ ਆਪਾਂ ਪਰਿਵਾਰ ਦੀ ਗੱਲ ਕਰੀਏ ਤਾਂ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਜੀ ਪਰਿਵਾਰ ਦੇ ਵਿੱਚ ਫਾਦਰ ਸਾਹਿਬ ਹੈ ਬ੍ਰਦਰ ਹੈ ਜੀ ਬਾਕੀ ਮਿਸਜ ਬੇਟਾ ਸਾਰੀ ਫੈਮਲੀ ਵਧੀਆ ਤੁਸੀਂ ਦੱਸਿਆ ਸੀਗਾ ਕਿ ਤੁਹਾਡੀ ਮਦਰ ਨਾਲ ਤੁਹਾਡਾ ਬੜਾ ਗਹਿਰਾ ਰਿਸ਼ਤਾ ਸੀਗਾ ਕਿ ਜਦੋਂ ਜਾਗਰਨ ਤੋਂ ਤੁਸੀਂ ਆਉਂਦੇ ਸੀ ਵਾਪਸ ਤਾਂ ਜਾਗਦੇ ਹੁੰਦੇ ਸੀ ਰਾਤ ਨੂੰ 2-3 ਵਜੇ ਅਸੀਂ ਉਹ ਕਿੱਸਾ ਜ਼ਰੂਰ ਸੁਣਨਾ ਚਾਹਾਂਗੇ ਪਹਿਲਾਂ ਤਾਂ ਸਰਮਨ ਸਰ ਜੀ ਮੇਰੇ ਮਾਤਰ 10 ਦੇ ਵਿੱਚ ਹੋ ਗਈ ਸੀ ਡੈਥ ਉਹਨਾਂ ਦੀ ਮੈਨੂੰ ਬਹੁਤ ਵੱਡਾ ਘਾਟਾ ਜਿੰਦਗੀ ਦਾ ਉਹਨਾਂ ਦਾ ਬਹੁਤ ਪਿਆਰ ਸੀ ਮੈਨੂੰ ਬਹੁਤ ਪਿਆਰ ਕਰਦੀ ਸੀ ਉਹਦੇ ਘਾਟਾ ਪੂਰਾ ਨਹੀਂ ਹੋ ਸਕਦਾ ਬਿਲਕੁਲ ਜੀ ਜਿਸ ਦਿਨ ਉਹਨਾਂ ਦੀ ਡੈਥ ਹੋਈ ਉਹਨਾਂ ਦਾ ਸ਼ਸਕਾਰ ਕਰਵਾ ਕੇ ਆਇਆ ਮੈਂ ਤੋਂ ਕਹਿੰਦੇ ਹੁੰਦੇ ਰੈਕਟਰ ਜੋ ਕੰਮ ਬਲਕਿ ਉਹ ਲਿਖਣੋਂ ਨਹੀਂ ਰਹਿ ਸਕਦਾ ਮੈਂ ਸ਼ਸਕਾਰ ਕਰਾ ਕੇ ਆਉਂਦੇ ਸਾਰੀ ਇੱਕ ਕੁਝ ਲਿਖੀ ਲੈਣਾ ਲਿਖੀਆਂ ਤੁਹਾਡੀ ਨਜ਼ਰ ਕਰ ਲੱਕਿਆ ਉਹ ਹਰ ਚੀਜ਼ ਖਰੀਦੀ ਜਾ ਸਕਦੀ ਮਾਪੇ ਨਾਲ ਮਿਲ ਬਜ਼ਾਰਾਂ ਤੋਂ ਇੱਕ ਮੇਰੀ ਬੱਚਾ ਨੂੰ ਹੁਣ ਦੇ ਯੰਗ ਬੱਚਾ ਨੂੰ ਬੇਨਤੀ ਹੈ ਵੀ ਮਾਪੇ ਉਹਦਾ ਵੱਧ ਤੋਂ ਵੱਧ ਖਿਆਲ ਰੱਖਿਆ ਕਰੋ ਜੀ ਅੱਜ ਕੱਲ ਦੇ ਬੱਚੇ ਸਾਡੇ ਨਸ਼ਿਆਂ ਵੱਲ ਤੇ ਬਾਹਰ ਬਹੁਤ ਜਾ ਰਹੇ ਆ ਬਿਲਕੁਲ ਜੀ ਮਾਪੇ ਬੜੀ ਕੀਮਤੀ ਚੀਜ਼ ਹੈ ਤੋੜੀ ਨਜ਼ਰ ਕਰਨ ਲੱਗਿਆ ਸ਼ੇਰ ਉਹ ਜਿਸ ਦਿਨ ਮੈਂ ਸ਼ਸਕਾਰ ਕਰਾ ਕੇ ਆਇਆ ਮਾਤਾ ਜੀ ਦਾ ਉਦ ਦੇ ਵਿੱਚ ਸ਼ੇਰ ਲਿਖਿਆ ਸੀ ਹਰ ਚੀਜ਼ ਖਰੀਦੀ ਜਾ ਸਕਦੀ ਮਾਪੇ ਨਾਲ ਮਿਲਣ ਬਾਜ਼ਾਰਾਂ ਚੋਂ ਹਰ ਚੀਜ਼ ਖਰੀਦੀ ਜਾ ਸਕਦੀ ਮਾਪੇ ਨਾਲ ਮਿਲਣ ਬਾਜ਼ਾਰਾਂ ਚੋਂ ਪੰਛੀ ਵੀ ਅੱਖੀਆਂ ਭਰ ਲੈਂਦੇ ਜਦੋਂ ਕੂੰਜ ਵਿਛੜ ਜੇ ਡਾਰਾਂ ਚੋਂ ਜਦੋਂ ਕੂੰਜ ਵਿਛੜ ਜੇ ਡਾਰਾਂ ਚੋਂ ਮੈਨੂੰ ਕਦੇ ਵੀ ਉਹ ਘਾਟਾ ਪੂਰਾ ਨਹੀਂ ਹੋ ਸਕਦਾ ਮੇਰਾ ਬਹੁਤ ਪਿਆਰ ਕਰਦੀ ਸੀ ਸਭ ਤੋਂ ਆਪਣੀ ਜਿਹੜੀ ਵੱਡੀ ਕਮਾਈ ਕਹਿ ਲੋ ਜਾਂ ਰੱਬ ਦੀ ਦਾਤ ਉਹ ਮਾਪੇ ਹੀ ਹੁੰਦੀ ਹੈ ਇਹਨਾਂ ਤੋਂ ਉੱਪਰ ਕੁਝ ਵੀ ਹੈ ਨਹੀਂ ਕੁਝ ਵੀ ਹੈ ਨਹੀਂ ਜੀ ਤੇ ਹੁਣ ਸਰ ਤੁਹਾਡੀ ਫੈਮਿਲੀ ਦੇ ਵਿੱਚ ਤੁਹਾਡਾ ਬੇਟਾ ਵੀ ਮੈਰਿਡ ਹੈ ਹਾਂਜੀ ਹੈ ਨਾ ਜੀ ਤਾਂ ਉਹ ਸਾਰਿਆਂ ਦਾ ਤੁਹਾਨੂੰ ਸਹਿਯੋਗ ਹੈਗਾ ਕਿ ਤੁਹਾਡੀ ਜੋ ਲਾਈਨ ਹੈ ਇਸ ਲਾਈਨ ਨੂੰ ਲੈ ਕੇ ਨਹੀਂ ਹੁਣ ਸਹਿਯੋਗ ਹੈਗਾ ਜੀ ਪਹਿਲਾਂ ਸ਼ੁਰੂ ਤੋਂ ਤਾਂ ਹਰਕਨ ਵਾਲੀ ਹੁੰਦਾ ਸਾਰੇ ਸਿੰਗਲ ਨੇ ਆਏ ਹੁੰਦਾ ਜੀ ਹਾਂਜੀ ਕਿਵਰੀ ਪਰਿਵਾਰ ਉਹ ਚੰਗਾ ਨਹੀਂ ਸਮਝਦਾਗਾ ਜੀ ਤੇ ਮੇਰੇ ਨਾਲ ਵੀ ਇਦਾਂ ਹੁੰਦੀ ਹੋਈ ਸੀਗੀ ਬਿਲਕੁਲ ਜੀ ਆ ਜਿਵੇਂ ਲਵਜੀਤ मैम ਦੀ ਇੱਕ ਜਰਨੀ ਰਹੀ ਹੈ ਠੀਕ ਹੈ ਸਾਨੂੰ ਪਤਾ ਲੱਗਿਆ ਕਿ ਬਹੁਤ ਛੋਟੀ ਉਮਰ ਦੇ ਵਿੱਚ ਮੈਮ ਦਾ ਵਿਆਹ ਹੋ ਗਿਆ ਸੀ ਹੈਨਾ ਮੈਮ ਤੇ ਤੁਸੀਂ ਮੈਰਿਜ ਤੋਂ ਬਾਅਦ ਸਿੰਗਿੰਗ ਲਾਈਨ ਦੇ ਵਿੱਚ ਆਏ ਤਾਂ ਅਸੀਂ ਉਹ ਜ਼ਰੂਰ ਸੁਣਨਾ ਚਾਹਾਂਗੇ ਤੁਹਾਡੇ ਤੋਂ ਹਾਂਜੀ ਮੇਰੀ ਮੈਰਿਜ ਹੋ ਗਈ ਸੀ 2000 ਸਾਲ ਵਿੱਚ ਜੀ ਉਹ ਚੌਂ ਸਾਲ ਦੀ ਸੀ ਜੀ ਮੈਰਿਜ ਹੋ ਗਈ ਸੀ ਮੈਰਿਜ ਤੋਂ ਬਾਅਦ ਇਹ ਸਿੰਗਿੰਗ ਪਹਿਲਾਂ ਕਰਦੇ ਸੀ ਤੇ ਇਹਨਾਂ ਨੂੰ ਦੇਖ ਕੇ ਮੇਰਾ ਵੀ ਜੀ ਕਰਦਾ ਸੀ ਮੈਂ ਵੀ ਸਿੰਗਿੰਗ ਕਰਾਂ ਜੀ ਤੇ ਸਾਡੇ ਘਰ ਦੇ ਤਾਂ ਰੋਕਦੇ ਸੀ ਸਾਰੇ ਵੀ ਮੰਮੀ ਡੈਡੀ ਨਹੀਂ ਰੋਕਦੇ ਸੀਗੇ ਵੀ ਮੇਰੇ ਚਾਚੇ ਵੀ ਰੋਕਦੇ ਸੀਗੇ ਕਿ ਸਾਡੀ ਫੈਮਿਲੀ ਚ ਕੋਈ ਨਹੀਂ ਜੀ ਵੀ ਮੇਂ ਕੁੜੀਆਂ ਨਹੀਂ ਗਾਣਾ ਤੇ ਇਹ ਬਹੁਤ ਵੱਡੀ ਗੱਲ ਆ ਕਿ ਤੁਸੀਂ ਵਿਆਹ ਤੋਂ ਬਾਅਦ ਤੁਹਾਡੇ ਹਸਬੰਦ ਨੇ ਤੁਹਾਨੂੰ ਫਿਰ ਸਪੋਰਟ ਕੀਤਾ ਜੀ ਇਹਨਾਂ ਨੇ ਸਿਖਾਇਆ ਕਿ ਉਹ ਕਿ ਮੈਨੂੰ ਤਾਂ ਕੁਝ ਨਹੀਂ ਜਾਂਦਾ ਐ ਤੱਕੀ ਮੈਨੂੰ ਰੋਟੀ ਵੀ ਨਹੀਂ ਬਣਾਉਂਦੀ ਸੀ ਇਹਨਾਂ ਨੇ ਬਣਾਉਣਾ ਸੋ ਰੋਟੀ ਵੀ ਇਹਨਾਂ ਨੇ ਬਣਾਉਣੀ ਸੀ ਕੋਈ ਕੰਮ ਨਹੀਂ ਆਉਂਦਾ ਸੀਗਾ ਕੀ ਬਾਤ ਹੈ ਜੀ ਬਹੁਤ ਵਧੀਆ ਵਧੀਆ ਗੱਲ ਹੈ ਜੀ ਇਹ ਨਹੀਂ ਤਾਂ ਜੀ ਇੱਕ ਨਾ ਜੀ ਜਦੋਂ ਪਹਿਲਾਂ ਦੇ ਜ਼ਮਾਨੇ ਜਦੋਂ ਵਿਆਹ ਹੁੰਦੇ ਸੀਗੇ ਤਾਂ ਉਸ ਨੂੰ ਬਸ ਇਹੀ ਸਮਝਿਆ ਜਾਂਦਾ ਸੀ ਕਿ ਇਹ ਘਰੇ ਕੰਮਕਾਰ ਕਰਨ ਹੀ ਲਿਆਉਂਦਾ ਤੇ ਇੱਕ ਕੰਮਕਾਰ ਕਰੂਗੀ ਘਰ ਦੇ ਬਾਕੀ ਬਾਹਰ ਅਸੀਂ ਕਮਾਈ ਕਰਾਂਗੇ ਬਹੁਤ ਘੱਟ ਇਹੋ ਜਿਹੇ ਲੋਕ ਹੁੰਦੇ ਆ ਬਹੁਤ ਘੱਟ ਇਹੋ ਜਿਹੇ ਚਿਹਰੇ ਹੁੰਦੇ ਆ ਜਿਹੜੇ ਆਪਦੀ ਜੀਵਨ ਸਾਥੀ ਨੂੰ ਇੰਨਾ ਵਧੀਆ ਸਹਿਯੋਗ ਦਿੰਦੇ ਆ ਉਹਨਾਂ ਦੇ ਸ਼ੌਂਕ ਪੂਰਦੇ ਆ ਤੇ ਸਾਨੂੰ ਬਹੁਤ ਖੁਸ਼ੀ ਇਸ ਚੀਜ਼ ਦੀ ਹਾਂਜੀ ਸਸਤਰਾਂ ਵੀ ਸਾਡੇ ਰੋਕਦੇ ਸੀ ਕਿਹਾ ਜੇ ਤੂੰ ਨਾ ਜਾਏਗੀ ਤਾਂ ਉਹ ਵੀ ਨਹੀਂ ਜਾਊਗਾ ਮੈਂ ਤਾਂ ਹਾਂ ਤਾਂ ਜਿੱਥੇ ਉਹ ਜਾਊਗਾ ਉੱਥੇ ਮਿਲ ਜਾਊਂ ਸਾਨੂੰ ਵੀ ਨਹੀਂ ਗਾਉਣ ਦਿੰਦੇ ਸੀਗੇ ਤੁਹਾਡੇ ਹਸਬੰਦ ਵੀ ਸਿੰਗਰ ਹਨ ਜੀ ਹਾਂਜੀ ਉਹ ਵੀ ਸਿੰਗਰ ਆ ਜੀ ਉਹ ਪਹਿਲਾਂ ਹੀ ਸਿੰਗਰ ਸੀਗੇ ਬਾਤ ਚੱਲ ਰਹੀ ਮੇਲੇ ਵੀ ਨਾਲੇ ਨਾਲ ਉਹਨਾਂ ਨਾਂਵੇਂ ਦੇ ਤਾਲੀਵਾਲ ਜੀ ਜੀ ਤੁਸੀਂ ਉਹਨਾਂ ਨਾਲ ਫਿਰ ਖੜਾਣਾ ਲਾਉਣ ਜਾਂ ਜੈਵਿਤਾ <li> ਵਾਲ ਜੀ ਨਾਲ ਖੜਾਣਾ ਲਾਉਣਾ ਉਹਨਾਂ ਨਾਲ ਵੀ ਗਾਉਣੇ ਆ ਇਹਨਾਂ ਨਾਲ ਵੀ ਗਾਉਣੇ ਆ ਫਿਰ ਕੌਣ ਸੀ ਹੁੰਦੀ ਆ ਫਿਰ ਇੱਧਰ ਹੀ ਚਲੇ ਆਈ ਤੇ ਕਦੇ ਆਈ ਨਹੀਂ ਫੰਕਸ਼ਨ ਦੋਵੇਂ ਪਾਸੇ ਆ ਗਏ ਹੁਣ ਨਹੀਂ ਜੀ ਪਹਿਲਾਂ ਜਿਹੜਾ ਬੁੱਕ ਹੋ ਗਿਆ ਉਹ ਚਲੇ ਗਿਆ ਠੀਕ ਹੈ ਇੱਕ ਆਪਾਂ ਦੂਸਰਾ ਬੁੱਕ ਕਰ ਦਿੰਦੇ ਜੇ ਪਹਿਲਾ ਹੋਵੇ ਬਿਲਕੁਲ ਜੀ ਤੇ ਮੈਮ ਤੁਹਾਡਾ ਗਾਇਕੀ ਦਾ ਸਫਰ ਕਿਵੇਂ ਦਾ ਰਿਹਾ ਕਿ ਤੁਹਾਨੂੰ ਸਿੱਖਣ ਵੇਲੇ ਕੋਈ ਪ੍ਰੋਬਲਮ ਆਈ ਹੋਵੇ ਜਾਂ ਇਹਨਾਂ ਨੂੰ ਸਿਖਾਉਣ ਵੇਲੇ ਨਹੀਂ ਸਿੱਖਣ ਦੀ ਕੋਈ ਪ੍ਰੋਬਲਮ ਨਹੀਂ ਆਈ ਕਿਉਂਕਿ ਹਸਤਾਜ ਜੀ ਸਾਡੇ ਘਰੇ ਹੀ ਸੀਗੇ ਮੇਰੇ ਹਸਬੰਦ ਨੇ ਸਿਖਾਇਆ ਜੀ ਹਾਂ ਜੀ ਕਰਦੇ ਬੰਦੇ ਤੋਂ ਅਕਸਰ ਸਿੱਖਿਆ ਨਹੀਂ ਜਾਂਦਾ ਹੁੰਦਾ ਪਰ ਤੁਸੀਂ ਇੱਕ ਬਹੁਤ ਸੋਹਣੀ ਤੁਹਾਡੀ ਆਵਾਜ਼ ਬਹੁਤ ਵਧੀਆ ਆਵਾਜ਼ ਤੁਹਾਡੀ ਸਾਨੂੰ ਲੱਗੀ ਤੇ ਦੇ ਕਹਿੰਦੇ ਵੀ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਕਰਦੇ ਬੰਦੇ ਤੋਂ ਅਕਸਰ ਸਿੱਖਿਆ ਨਹੀਂ ਜਾਂਦਾ ਹੁੰਦਾ ਪਰ ਤੁਸੀਂ ਘਰ ਦੇ ਤੋਂ ਆਪਣੇ ਹਸਬੰਡ ਤੋਂ ਸਿੱਖ ਕੇ ਇੱਕ ਆਪਣਾ ਇੱਕ ਮੁਕਾਮ ਕਾਇਮ ਕੀਤਾ ਹੈ ਬਹੁਤ ਵਧੀਆ ਅਚੀਵਮੈਂਟ ਹੈ ਹਾਂਜੀ ਤੁਹਾਡਾ ਇੱਕ ਜੋ ਗੀਤ ਆਇਆ ਹੁਣ ਹਾਂਜੀ ਜੋ ਤੁਸੀਂ ਆਪਾ ਹੁਣੇ ਸਰੋਤਿਆਂ ਨਾਲ ਸਾਂਝਾ ਕੀਤਾ ਮੈਂ ਤੇਰੀ ਕੋਠੀ ਕੀ ਕਰਨੀ ਜੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੋਈ ਨਾ ਕੋਈ ਨਵਾਂ ਪ੍ਰੋਜੈਕਟ ਜਾਂ ਲੋਕਾਂ ਲਈ ਕੋਈ ਨਵੀਂ ਚੀਜ਼ ਲੈ ਕੇ ਆਉਂਗੇ ਉਹਦੇ ਬਾਰੇ ਸਾਨੂੰ ਕੁਝ ਜ਼ਰੂਰ ਦੱਸੋ ਜੀ हां जी ਸਾਡਾ Song ਹੈਗਾ ਜੀ ਇੱਕ ਗੁੱਡ ਨਾਈਟ ਗੀਤ ਆ ਜੀ ਸ਼ਾਇਦ ਅਸੀਂ ਉਹ ਕਰਾਂਗੇ ਪਹਿਲਾਂ ਜੀ ਜੀ ਬਾਕੀ ਦੇਖਾਂਗੇ ਜਿਹੜਾ ਵਧੀਆ ਲੱਗਿਆ ਕਰਾਂਗੇ ਪਰ ਵਧੀਆ ਹੀ ਚੀਜ਼ ਲੈ ਕੇ ਆਵਾਂਗੇ ਅਸੀਂ ਤੇ ਸੋਲੋ ਸਾਰਾ ਤੇ ਇੱਕ ਨਿਊ ਸਾਰਾ ਹੋ ਜਾਵੇ ਉਹ ਵੀ ਜਲਦੀ ਅਸੀਂ ਮਾਰ ਕੇ ਦੇਵਾਂਗੇ ਬਿਲਕੁਲ ਜੀ ਸਾਨੂੰ ਉਸ ਚੀਜ਼ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਹੋ ਬਹੁਤ ਬਹੁਤ ਪਿਆਰਾ Song ਹੈ ਤੇ ਨਸ਼ਿਆਂ ਤੋਂ ਤੇ ਅਸਲਾਂ ਤੋਂ ਖਟ ਕੇ Song ਹੈ ਹਾਂਜੀ ਭਾਜੀ ਜੇਕਰ ਅੱਜ ਦੀ ਗਾਇਕੀ ਦੀ ਗੱਲ ਕਰੀਏ ਜਾਂ ਮੈਂ ਤੁਹਾਡੇ ਤੋਂ ਵੀ ਅਸੀਂ ਪੁੱਛਦੇ ਹਾਂ ਕਿ ਅੱਜ ਦੇ ਜੋ ਫੀਮੇਲ ਸਿੰਗਰ ਉਹਨਾਂ ਨੂੰ ਦਸਤੀ ਦੇ ਵਿੱਚ ਕਿਹੜੇ ਕਿਹੜੇ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਪ੍ਰੋਬਲਮ ਲੋਕ ਤਾਂ ਕੀ ਕਹਿੰਦੇ ਆ ਕੋਈ ਵੀ ਆ ਭਾਵੇਂ ਆਪਾਂ ਡੀਸੀ ਦੀ ਕੁਰਸੀ ਤੇ ਬੈਠੇ ਹੋ ਚੰਗਾ ਤਾਂ ਕਿਸੇ ਨੂੰ ਵੀ ਨਹੀਂ ਕਹਿੰਦਾ ਕੋਈ ਵੀ ਜੀ ਪਰ ਇਹ ਅੱਡੋ ਅੱਡੀ ਲੋਕਾਂ ਦੀ ਸੋਚ ਆ ਜੀ ਕੋਈ ਕਿਵੇਂ ਸਮਝਦਾ ਕੋਈ ਕਿਵੇਂ ਸਮਝਦਾ ਜੀ ਤੁਹਾਨੂੰ ਤੁਹਾਡੇ ਰਿਸ਼ਤੇਦਾਰਾਂ ਤੋਂ ਇਸ ਤੀ ਦਾ ਕੋਈ ਸਾਹਮਣਾ ਕਰਨਾ ਪਿਆ ਪ੍ਰੋਬਲਮ ਦਾ ਹਾਂ ਜੀ ਹਾਂ ਜੀ ਰੋਕਦੇ ਹੁਣ ਹਾਂ ਜੀ ਰੋਕਦੇ ਸੀ ਮੇਰੇ ਸਾਥੀ ਰੋਕਦੇ ਸੀਗੇ ਕਿਉਂਕਿ ਉਹ ਕਹਿੰਦੇ ਨਹੀਂ ਸੀ ਵੀ ਕੁੜੀ ਵੀ ਆ ਇਹ ਕੰਮ ਕਰੇ ਸਿੰਗਿੰਗ ਦਾ ਬਣਾ ਨਹੀਂ ਕਰਦਾ ਕਹਿੰਦੇ ਮੇਰੇ ਬ੍ਰਦਰ ਵੀ ਨਹੀਂ ਸਮਝਦੇ ਸੀ ਮੈਨੂੰ ਬੁਲਾਉਂਦੇ ਤੱਕ ਨਹੀਂ ਸੀ ਕਹਿੰਦੇ ਸੀ ਸਿੰਗਿੰਗ ਵਾਲੇ ਸਿੰਗਰ ਨੂੰ ਨਹੀਂ ਬੁਲਾਉਣਾ ਜੀ ਤੇ ਹੁਣ ਜਦੋਂ ਤੁਹਾਡੇ ਹਸਬੰਦ ਤੁਹਾਨੂੰ ਸਪੋਰਟ ਕਰਦੇ ਆ ਹੁਣ ਮਿਲਵਰਤਨ ਵਧੀਆ ਹਾਂਜੀ ਮੰਮੀ ਡੈਡੀ ਸਾਡੇ ਪੂਰੇ ਸਪੋਰਟ ਕਰਦੇ ਸੀ ਮੇਰੇ ਸਾਸੜਾ ਵੀ ਸਪੋਰਟ ਕਰਦੇ ਸੀ ਵੀ ਇਹ ਕੰਮ 'ਚ ਜਾਣਾ ਪਰ ਮੇਰੇ ਮੰਮੀ ਡੈਡੀ ਅਰੀ ਵੀ ਤੇਰੀ ਮੰਮੀ ਤਾਂ ਡੱਥ ਹੋ ਗਈ ਹੁਣ ਵੀ ਸਾਲ ਹੋ ਗਿਆ ਤੇ ਵੀ ਮੇਰੇ ਡੈਡੀ ਵਾਸਪੁਟ ਕਰਦੇ ਸੀ ਮੰਮੀ ਜੱਡਾ ਕਹਿੰਦੇ ਜਦੋਂ ਕਾਮਯਾਬੀ ਮਿਲ ਜਾਂਦੀ ਹੈ ਨਾ ਤਾਂ ਫਿਰ ਰਿਸ਼ਤੇਦਾਰ ਆ ਵੀ ਭੱਜੇ ਹੁੰਦੇ ਆ ਆਪਣੇ ਅਜੇ ਹੁਣ ਤੁਹਾਡੇ ਨਾਲ ਕੀ ਤੁਹਾਨੂੰ ਜਦੋਂ ਇੱਕ ਗੀਤ ਨੂੰ ਕਾਮਯਾਬੀ ਮਿਲੀ ਤਾਂ ਤੁਹਾਡੇ ਰਿਸ਼ਤੇਦਾਰ ਆ ਹਾਂਜੀ ਹੁਣ ਬਹੁਤ ਪੁੱਛਦੇ ਆ ਜੀ ਹੁਣ ਆਉਂਦੇ ਆ ਸਾਨੂੰ ਵੀਡੀਓ ਸੈਂਡ ਕਰੋ ਐ ਕਰਾਂ ਜੋ ਕਰ ਸਾਨੂੰ ਪਹਿਲਾਂ ਭੇਜਿਆ ਕਰੋ ਬਿਲਕੁਲ ਜੀ ਹਾਂਜੀ ਅ ਜੈਪਾਲ ਜੀ ਜਦੋਂ ਆਪਾਂ ਪਿੰਡਾਂ ਦੇ ਵਿੱਚ ਖਾੜੇ ਲਾਉਨੇ ਹਨ ਜਿਵੇਂ ਕਿ ਖਾੜੇ ਇੱਕ ਪਿੰਡਾਂ ਦੀ ਸ਼ਾਨ ਬਣ ਕੇ ਰਹਿ ਗਏ ਆ ਸ਼ਹਿਰਾਂ ਦੇ ਵਿੱਚ ਅੱਜਕੱਲ ਇਹਨਾਂ ਦਾ ਰੂਪ ਬਹੁਤ ਘੱਟ ਦਾ ਘੱਟ ਨਜ਼ਰ ਆਉਂਦਾ ਹੈ ਤਾਂ ਇਸ ਚੀਜ਼ ਬਾਰੇ ਕੀ ਕਾਰਨ ਕੀ ਇਸ ਚੀਜ਼ ਦਾ ਸਰਪਿੰਡਾਂ ਦੇ ਵਿੱਚ ਵੀ ਬਹੁਤ ਲਾਈਕ ਕਰਦੇ ਸ਼ਹਿਰਾਂ ਦੇ ਵਿੱਚ ਵੀ ਕਈ ਹੈਗੇ ਸਰੋਤੇ ਹੁਣ ਇੱਕ ਨਾ ਬਲੇਮਾਨ ਜੀ ਭਾਜੀ ਕੈਨੇਡਾ ਜੀ ਇਹਨਾਂ ਦੇ ਬਰਥਡੇ ਸੀ ਅਸੀਂ ਮਹਿਫਲ ਦੇ ਵਿੱਚ ਬੈਠੇ ਤੇ ਇੱਕ ਸਾਡੀ ਮੰਡੀ ਦਾ ਬੜੀਆ ਮੋਤਵਾਰ ਬੰਦਾ ਤੇ ਉਹਨਾਂ ਨੇ ਜਦੋਂ ਮੈਂ ਮਹਿਫਲ ਦੇ ਵਿੱਚ ਆਇਆ ਉਸ ਐਂਟਰ ਹੋਇਆ ਤੇ ਮੈਨੂੰ ਉੱਠ ਕੇ ਘੁੱਟ ਕੇ ਜੱਫੀ ਪਾ ਲਈ ਜੀ ਕਹਿੰਦਾ ਵੀ ਉਹਨਾਂ ਨੇ ਇਹ ਗੱਲ ਲਈ ਕਹਿੰਦਾ ਮੈਨੂੰ ਕਾਫੀ ਟਾਈਮ ਬਾਅਦ ਡਿਊਡ ਸੌਂਗ ਬਹੁਤ ਵਧੀਆ ਸੁਣਨ ਨੂੰ ਮਿਲਿਆ ਕਹਿੰਦਾ ਜੀ ਤੇ ਕਹਿੰਦਾ ਵੀ ਹੁਣ ਮੈਂ ਤੇਰੇ ਵਾਸਤੇ ਇਹੀ ਕਰ ਸਕਦਾ ਵੀ ਜਿੱਦੇ ਕੋਈ ਬਹਾਨਾ ਆ ਜਾ ਹੋਇਆ ਤੇ ਮੈਂ ਉਹਦੇ ਤੇਰਾ ਖੜਾ ਲਵਾਵਾਂਗਾ ਜੀ ਤੇ ਆਪਾਂ ਕਹਿੰਦੇ ਨੇ ਸ਼ਹਿਰ ਸ਼ਹਿਰ ਵਾਲੇ ਵੀ ਲਾਇਕ ਕਰਦੇ ਆ ਜੀ ਤੇ ਬੜਾ ਪਿਆਰ ਕਰਦੇ ਆ ਐਸੀ ਗੱਲ ਨਹੀਂ ਪਿੰਡਾਂ ਵਾਲੇ ਵੀ ਬਹੁਤ ਤੁਹਾਨੂੰ ਸੋਸ਼ਲ ਮੀਡੀਆ ਨੇ ਸਪੋਰਟ ਕੀਤੀ ਹੈ ਜੀ ਸੋਸ਼ਲ ਮੀਡੀਆ ਨੇ ਸੋਸ਼ਲ ਮੀਡੀਆ ਹਾਂਜੀ ਗਰਵਾਜ ਗਿੱਲ ਭਾਜੀ ਸਾਡੇ ਪੱਤਰਕਾਰ ਸਾਹਿਬ ਉਹਨਾਂ ਨੇ ਬੜਾ ਮੈਨੂ ਅਖਬਾਰ ਵਗੈਰਾ ਤੇ ਸਾਰਿਆਂ ਤੇ ਸੌਂਗ ਜੀ ਤਾਂ ਮੇਰਾ ਹਾਈਲਾਈਟ ਜੀ ਤੇ ਇੱਕ ਸਰ ਜਿਵੇਂ ਕਹਿੰਦੇ ਆ ਕਿ ਜਿਹੜਾ ਸੋਸ਼ਲ ਮੀਡੀਆ ਦਾ ਪਲੈਟਫਾਰਮ ਹੈ ਚਾਹੇ YouTube ਹੋ ਗਿਆ Instagram ਹੋ ਗਿਆ ਜਾਂ Facebook ਹੋ ਗਈ ਆਪਣੀ ਪ੍ਰਸਿੱਧੀ ਨੂੰ ਪ੍ਰਾਪਤ ਕਰਨ ਲਈ ਬੜਾ ਯੋਗਦਾਨ ਪਾਉਂਦਾ ਹੈ ਤੇ ਤੁਹਾਨੂੰ ਉਸ ਚੀਜ਼ ਦਾ ਹੰਗਾਰਾ ਮਿਲਿਆ ਕੋਈ ਬਹੁਤ ਬਹੁਤ ਬੈਨੀਫਿਟ ਮਿਲਿਆ ਜੀ ਕਿਸ ਤਰ੍ਹਾਂ ਦਾ ਬੈਨੀਫਿਟ ਜੀ ਜਦੋਂ ਪਤਾ ਹੈ ਗਾਣਾ ਮੇਰਾ ਜਦੋਂ ਸ਼ੂਟ ਹੋਣਾ ਸੀਗਾ ਗਾਣਾ ਜੀ ਸਵਰਗੀ ਨਿਸ਼ਤਰ 36 ਦੇ ਪਿੰਡ ਆ ਦੋਪੁਰਾ ਦੇ ਵਿੱਚ ਮਤਲਬ ਕਿ ਸ਼ੂਟ ਹੋਇਆ ਗਾਣਾ ਇਹ ਜੀ ਮੈਂ ਤੇਰੀ ਕੋਠੀ ਕੀ ਕਰਨੀ ਤੇ ਦੋ ਦਿਨ ਪਹਿਲਾਂ ਹੀ ਗੁਰਵਾਜ ਗਿੱਲ ਸਾਹਿਬ ਨੇ ਉਹ ਮੇਰਾ ਮੁੱਖੇ ਗਾਣੇ ਦੀ ਆਇਟ ਲਾਈ ਉਸ ਤੋਂ ਬਾਅਦ ਜਦੋਂ ਗਾਣਾ ਹੋ ਗਿਆ ਉਦੋਂ ਵੀ ਲਾਉਂਦੇ ਰਹੇ ਤੇ ਜਦ ਤੱਕ ਰਿਲੀਜ਼ ਹੁੰਦਾ ਰਿਹਾ ਗਾਣਾ ਹਰ ਰੋਜ਼ ਕੁਛ ਨਾ ਕੁਛ ਲਿਖ ਕੇ ਲਾਉਂਦੇ ਰਹੇ ਜੀ ਹਾਂਜੀ ਬਹੁਤ ਸਹਿਯੋਗ ਮਿਲਿਆ ਤੁਹਾਨੂੰ ਜਿਹੜੀ ਅੱਜ ਦੀ ਮਾਡਰਨ ਗਾਇਕੀ ਹੈ ਜੀ ਉਹ ਤੁਸੀਂ ਉਹਨੂੰ ਪਸੰਦ ਕਰਦੇ ਹੋ ਜਾਂ ਨਹੀਂ ਪਸੰਦ ਕਰਦੇ ਕੋਈ ਚੰਗਾ ਕੁਝ ਹੁੰਦਾ ਜੀ ਪਸੰਦ ਕਰੀਦਾ ਚੰਗਾ ਵਧੀਆ ਸੁਣਨ ਮਿਲੇ ਕੋਈ ਮੈਸੇਜ ਹੋਣਾ ਚਾਹੀਦਾ ਜੀ ਵਧੀਆ ਸੇਧ ਹੁੰਦੀ ਸਾਡੇ ਨਵੇਂ ਬੱਚ ਫੋਨ ਰਿਆ ਜੀ ਨਸ਼ੇ ਪੱਤੇ ਦੇ ਵਿੱਚ ਪੰਜਾਬ ਸਾਰਾ ਡੁੱਬ ਰਿਹਾ ਹੈ ਹਾਂਜੀ ਤੇ ਜੰਗ ਬੱਚਿਆਂ ਨੂੰ ਵੀ ਇਸ ਗੱਲ ਸਮਝਣੀ ਚਾਹੀਦੀ ਹੈ ਵੀ ਇਹ ਜਿਹੜਾ ਜ਼ਿੰਦਗੀ ਹੈ ਜੀਵਨ ਕਦੇ ਨਹੀਂ ਮਿਲਦਾ ਬੰਦੇ ਨੂੰ ਇਨਸਾਨ ਨੂੰ ਹਾਂਜੀ ਆਪ ਦਾ ਧਿਆਨ ਰੱਖਣਾ ਚਾਹੀਦਾ ਤੇ ਨਸ਼ੇ ਤੋਂ ਦੂਰ ਰਹਿਣ ਬਾਹਰ ਨਾ ਜਾਣ ਸਾਡੇ ਪੰਜਾਬ ਦੇ ਵਿੱਚ ਬਹੁਤ ਕੁਝ ਅਜੇ ਇੱਥੇ ਕਰਨਾ ਚਾਹੁੰਦੇ ਜੀ ਤਾਂ ਸੀਐਸਟੀ ਨੂੰ ਮਹਿਸੂਸ ਕਰਦੇ ਹਾਂ ਕਿ ਜੋ ਬੱਚੇ ਗਾਣੇ ਸੁਣਦੇ ਹੈ ਉਹਨਾਂ ਦੀ ਪਰਸਨੈਲਿਟੀ ਤੇ ਉਹਨਾਂ ਦੀ ਸਖਸ਼ੀਅਤ ਤੇ ਉਹਨਾਂ ਗਾਣਿਆਂ ਦਾ ਅਸਰ ਰਹਿੰਦਾ ਬੱਚੇ ਹੁਣ ਗਾਣੇ ਤਾਂ ਮਤਲਬ ਕਿ ਦੇਖਣ ਨੂੰ ਤੇ ਸੁਣਨ ਵਾਸਤੇ ਹੁੰਦੇ ਹੈਗੇ ਪਰ ਕਈ ਵਾਰੀ ਬੱਚੇ ਮਤਲਬ ਕਿ ਆਪਣੇ ਉਹ ਉਹਨੂੰ ਬਣਾ ਲੈਂਦੇ ਵੀ ਚਲੋ ਠੀਕ ਹੈ ਇਹਨੂੰ ਪ੍ਰੈਕਟੀਕਲ ਕਰ ਲਓ ਉਹ ਕਰਨਾ ਨਹੀਂ ਚਾਹੀਦਾ ਕਿਉਂ ਅਸਲੇ ਬਾਰੇ ਕੁਝ ਜ਼ਿਕਰ ਹੁੰਦਾ ਹਾਂਜੀ ਨਸ਼ਿਆਂ ਬਾਰੇ ਜ਼ਿਕਰ ਹੁੰਦਾ ਇਦਾਂ ਕਰਨਾ ਨਹੀਂ ਚਾਹੀਦਾ ਬਿਲਕੁਲ ਜੀ ਹਾਂਜੀ ਤੇ ਜਦੋਂ ਆਪਾਂ ਕੋਈ ਜਦੋਂ ਆਪਾਂ ਕੋਈ ਹਥਿਆਰਾਂ ਵਾਲੇ ਗਾਣੇ ਸੁਣਦੇ ਹਾਂ ਜਿਨ੍ਹਾਂ ਵਿੱਚ ਨਸ਼ੇ ਨੂੰ ਪ੍ਰੋਮੋਟ ਕੀਤਾ ਜਾਂਦਾ ਤੁਸੀਂ ਇਹੋ ਜਿਹੇ ਗਾਣੇ ਬਾਰੇ ਕੀ ਵਿਚਾਰ ਹੈ ਨਹੀਂ ਜੀ ਮੈਨੂੰ ਨਹੀਂ ਪਸੰਦ ਇਦਾਂ ਦੇ ਗਾਣੇ ਜੀ ਉਹ ਤਾਂ ਬੰਦੇ ਨੂੰ ਆਪਣੇ ਚਾਹੀਦਾ ਮੇਰਾ ਮਾੜਾ ਕੀ ਹੋ ਰਿਹਾ ਤੇ ਚੰਗਾ ਕੀ ਹੋ ਰਿਹਾ ਸਾਰਿਆਂ ਨੂੰ ਸਮਝਣਾ ਚਾਹੀਦਾ ਇਸ ਗੱਲ ਦਾ ਬਿਲਕੁਲ ਉਸ ਜਿਹੜੇ ਗਾਉਣ ਵਾਲੇ ਵੀਰ ਆ ਚਲੋ ਉਹਨਾਂ ਨੂੰ ਵੀ ਉਹਨਾਂ ਦੀ ਮਰਜ਼ੀ ਜੋਕ ਸ਼ਗਾ ਰਿਹਾ ਪਰ ਆਪਾਂ ਨੂੰ ਵਧੀਆ ਸਾਫ ਸੁਥਰੇ ਗਾਣੇ ਜਿਹਦਾਂ ਦੇ ਵਿੱਚ ਵਧੀਆ ਮੈਸੇਜ ਹੋਵੇ ਸਾਡੇ ਬੱਚਿਆਂ ਨੂੰ ਨਵੀਂ ਸਿਹਤ ਮਿਲ ਸਕੇ ਉਹਦਾਂ ਦੇ ਗਾਣੇ ਪਸੰਦ ਆ ਭਾਵੇਂ ਡਿਊਟ ਭਾਵੇਂ ਸੋਲੋ ਆਇਦ ਦੇ ਜਿਹੜੇ ਫੇਮਸ ਸਿੰਗਰ ਆਇਦ ਦੇ ਜੋ ਇੰਡਸਟਰੀ ਦੇ ਵਿੱਚ ਹਾਂਜੀ ਉਹਨਾਂ ਦੇ ਵਿੱਚੋਂ ਤੁਹਾਨੂੰ ਕਿਹਨਾਂ ਦੀ ਗਾਇਕੀ ਤੇ ਕਿਹਨਾਂ ਦੀ ਲਿਖਤ ਪਸੰਦ ਹੈ ਲਿਖਤ ਮੈਨੂੰ ਜਨਾਬ ਸਵਰਗੀ ਹਾਕਮ ਸੂਫੀ ਜੀ ਗੁਰਦਾਸ ਮਾਨ ਸਾਹਿਬ ਸਾਡੀ ਮੰਡੀ ਦੇ ਗਿੱਦੜਵਾਦੇ ਅਸ਼ੋਕ ਮਸਤੀ ਜੀ ਹੈ ਜੀ ਦੀਪਕ ਢਿੱਲੋਂ ਉਹਨਾਂ ਦੀ ਵੀ ਗਾਇਕੀ ਬਹੁਤ ਪਸੰਦ ਆ ਹੈ ਜੀ ਹਾਂ ਬਲਕਾਰ ਹਾਜੀ ਜੀ ਹੋਰ ਬਹੁਤ ਸਾਰੇ ਸਿੰਗਰ ਨੇ ਸਰ ਮੈਨੂੰ ਇਹ ਲੱਗਦਾ ਜਿਹੜੇ ਨਾਮ ਤੁਸੀਂ ਲੈ ਰਹੇ ਹੋ ਨਾ ਅੱਜ ਦੀ ਪੀੜ੍ਹੀ ਨੇ ਇਹਨਾਂ ਦੇ ਨਾਮ ਇਹ ਨਾਮ ਵੀ ਨਹੀਂ ਸੁਣੇ ਹੋਣੇ ਤਾਂ ਇਹ ਇੱਕ ਲੈਜੈਂਡ ਬੰਦੇ ਸੀਗੇ ਬਿਲਕੁਲ ਜਿਨ੍ਹਾਂ ਨੇ ਸਾਰੀ ਉਮਰ ਆਪਦੀ ਨਗਾਤੀ ਪਰ ਇਹਨਾਂ ਨੇ ਕਦੇ ਲੱਚਰ ਤਾਂ ਭਰੇ ਗੀਤ ਨਹੀਂ ਗਾਏ ਹਾਂਜੀ ਸਾਡੇ ਗਿੱਧੜਵਾਦੇ ਮੁਕੇਸ਼ ਗਿੱਧੜਵਾਹਾ ਉਹ ਮਤਲਬ ਕਿ ਬਾਲੀਵੁੱਡ ਤੱਕ ਫਿਲਮਾਂ ਦੇ ਵਿੱਚ ਕੰਮ ਕੀਤਾ ਹਿੰਦੀ ਫਿਲਮਾਂ ਚ ਪੰਜਾਬੀ ਚ ਜੀ ਤੇ ਉਹ ਵੀ ਬੜੇ ਪਿਆਰੇ ਮਿੱਤਰ ਨੇ ਮੇਰੇ ਬਿਲਕੁਲ ਜੀ ਬਿਲਕੁਲ ਹਾਂਜੀ ਇਹ ਚੱਲਦਾ ਸਰ ਬਿਲਕੁਲ ਜੀ ਜਦੋਂ ਆਪਾਂ ਇੱਕ ਲਾਈਨ ਫੜਦੇ ਆ ਨਾ ਜੀ ਤੇ ਉਹ ਲਾਈਨ ਦੇ ਵਿੱਚ ਅੱਗੇ ਦੀ ਅੱਗੇ ਲਿਕ ਬੰਦੇ ਰਹਿੰਦੇ ਆ ਤੇ ਆਪਾਂ ਅੱਗੇ ਦੀ ਅੱਗੇ ਜਾਂਦੇ ਰਹਿੰਨੇ ਤੇ ਪਤਾ ਨਹੀਂ ਲੱਗਦਾ ਕਿ ਪ੍ਰਮਾਤਮਾ ਆਪਾਂ ਨੂੰ ਕਿੱਥੇ ਲੈ ਜਾਂਦਾ ਬਿਲਕੁਲ ਜੀ ਤੁਸੀਂ ਇੱਕ ਬੜੀ ਸੋਹਣੀ ਗੱਲ ਦਾਇਤ ਹੋ ਤਾਂ ਉਹ ਗੱਲ ਸੀਗਾ ਵੀ ਸਮਾ ਕਿਸੀ ਵੀ ਬੰਦੇ ਤੇ ਆਇਆ ਹਾਂਜੀ ਸਮਾ ਸਮਾਜ ਤੇ ਪਰਮਾਤਮਾ ਇਹ ਤਿੰਨ ਚੀਜ਼ਾਂ ਕਿਸੇ ਵੀ ਬੰਦੇ ਨੂੰ ਮਤਲਬ ਕਿ ਉੱਪਰ ਲੈ ਕੇ ਉੱਪਰ ਲੈ ਕੇ ਜਾ ਸਕਦੀਆਂ ਬਿਲਕੁਲ ਜੀ ਬਿਲਕੁਲ ਅਸੀਂ ਮੈਮ ਕੋਲ ਪੁੱਛਣਾ ਚਾਹਾਂਗੇ ਕਿ ਜਿਵੇਂ ਜੈਵੀ ਭਾਜੀ ਨੇ ਦੱਸਿਆ ਸਾਨੂੰ ਕਿ ਇਹਨਾਂ ਨੂੰ ਇਹ ਗਾਇਕ ਪਸੰਦ ਨੇ ਤੁਹਾਡੇ ਕੋਈ ਫੀਮੇਲ ਸਿੰਗਰ ਫੇਵਰਿਟ ਹੋਵੇ ਜਾਂ ਜਿਨ੍ਹਾਂ ਦੇ ਗਾਣੇ ਸੁਣ ਕੇ ਤੁਸੀਂ ਸਿੱਖਿਆ ਹੋਵੇ ਸਿੰਗਰ ਤਾਂ ਸਾਰੇ ਵਧੀਆ ਜਿਹੜੇ ਵੀ ਜੋ ਵੀ ਆਪਦੀ ਗਾਉਂਦੇ ਆ ਜੋ ਵੀ ਆਪਦੀ ਸੋਚਣਾ ਗਾਉਂਦੇ ਆ ਸਿੰਗਰ ਸਾਰੀ ਵਧੀਆ ਆ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਵੀ ਆ ਸਿੰਗਰ ਮਾੜਾ ਚੰਗਾ ਸਿੰਗਰ ਸਾਰੀ ਵਧੀਆ ਤੇ ਨਾ ਆਪਾਂ ਕਿਸੇ ਨੂੰ ਕਹੀਆ ਕਹਿ ਸਕਦੇ ਆ ਜੀ ਕਿਉਂਕਿ ਉਹਨਾਂ ਵਿੱਚ ਅਸੀਂ ਵੀ ਆਉਂਨੇ ਆ ਹਾਂਜੀ ਉਹਨਾਂ ਸਿੰਗਰਾਂ ਚ ਪਰ ਉਹ ਵਧੀਆ ਲੱਗਦੇ ਸਿੰਗਰ ਜਿਹੜੇ ਵੀ ਵਧੀਆ ਗੋਣ ਵਧੀਆ ਸਾਫ ਸੁੱਤਰੇ ਕੱਪੜੇ ਪਾਉਣ ਸ਼ਾਰਟ ਨਾ ਪਾਉਣ ਸਿੰਗਰ ਜਿਹੜੇ ਮਾਡਲ ਆ ਮਾਡਰਨ ਜਿਉ ਮਰਜ਼ੀ ਪਾਈ ਆ ਜੀ ਕੁੜੀਆਂ ਨੂੰ ਜਿਹੜੀਆਂ ਸਿੰਗਰਾਂ ਹੈਗੀਆਂ ਵੀ ਉਹ ਪਾਉਂਦੀਆਂ ਹੁਣ ਸ਼ਾਰਟ ਕੱਪੜੇ ਪਾ ਕੇ ਜ਼ਿਆਦਾ ਵੀ ਐਲਬਮ ਕਰਦੇ ਆ ਬੀ ਵਧੀਆ ਸਾਫ ਸੁੱਤੇ ਪੂਰੇ ਕਲਚਰ ਉਸ ਕਪੜੇ ਹੋਣੇ ਚਾਹੀਦੇ ਆ ਜੀ ਹਾਂਜੀ ਤੇ ਵੀ ਐ ਨਹੀਂ ਹੋਣਾ ਚਾਹੀਦਾ ਵੀ ਛੋਟ ਕਪੜੇ ਪਾਏ ਹੋਣ ਮਾਡਲ ਜੋ ਮਰਜੀ ਪਾਈ ਜਾਵੇ ਜੀ ਤੇ ਮੈਮ ਤੁਹਾਡੇ ਕੋਈ ਫੇਵਰਟ ਸਿੰਗਰ ਕੌਣ ਹੈ ਫੇਵਰਟ ਸਿੰਗਰ ਫੇਵਰਟ ਹੁੰਦਾ ਮਾਡੀ ਚਮਕੀਲਾ ਜੀ ਠੀਕ ਹੈ ਮੈਮ ਹਾਂਜੀ ਤੇ ਉਹਨਾਂ ਦੇ ਨਾਲ ਜਿਵੇਂ ਕਿ ਅੱਪਾ ਗੱਲ ਕਰਦੇ ਆ ਕਿ ਉਹ ਵੀ ਇੱਕ ਦਗਾਣਾ ਜੋੜੀ ਦੇ ਵਿੱਚ ਗਾਉਂਦੇ ਸੀ ਹਾਂਜੀ ਉਹਨਾਂ ਦੇ ਨਾਲ ਅਮਰ ਜੋਤੀ ਜੀ ਸੀਗੀ ਹਾਂਜੀ ਉਹ ਵੀ ਫਰੀਦਕੋਟ ਦੇ ਆ ਬਿਲਕੁਲ ਜੀ ਇਹ ਇਹ ਵੀ ਫਰੀਦਕੋਟ ਤੋਂ ਨੇ ਚਿਆਂ ਦੇ ਟਿਕਾ ਪਿੰਡ ਫਰੀਦਕੋਟ ਆ ਬਿਲਕੁਲ ਜੀ ਬਿਲਕੁਲ ਤੇ ਸਭ ਤੋਂ ਇੱਕ ਵਧੀਆ ਇੱਕ ਮੂਮੈਂਟ ਹੁੰਦੀ ਹੈ ਬੰਦੇ ਦੀ ਲਾਈਫ 'ਚ ਤਾਂ ਕਦੇ ਸਟੇਜ ਤੇ ਜਾਂਦੇ ਹੋ ਤੁਹਾਨੂੰ ਤੁਹਾਡੇ ਸਰੋਤੇ ਟੱਕਰਦੇ ਹਨ ਜਿਵੇਂ ਤਾਂ ਸਭ ਤੋਂ ਵਧੀਆ ਮੂਮੈਂਟ ਤੁਹਾਨੂੰ ਕਿਹੜੀ ਲੱਗਦੀ ਹੈ ਇੱਕ ਸਰ ਮੈਂ ਨਾ ਇੱਕ ਇਲੈਕਸ਼ਨਾਂ ਦੇ ਪ੍ਰੋਗਰਾਮ ਦੇ ਵਿੱਚ ਨਾ ਗਿੱਦੜਵਾ ਏਰੀਆ ਦਾ ਪਿੰਡ ਸੀ ਰੁਖਾਲਾ ਜੀ ਉਹ ਗੱਲ ਮੈਂ ਕਦੇ ਵੀ ਨਹੀਂ ਭੁੱਲ ਸਕਦਾ ਇੱਕ ਸਰੋਤਾ ਆਇਆ ਮੇਰੇ ਕੋਲੇ ਮੈਂ ਗਾਈ ਜਾ ਮ ਇਲੈਕਸ਼ਨਾਂ ਦੇ ਪ੍ਰੋਗਰਾਮ ਸੀਗੇ ਲਗਾਤਾਰ ਗਾ ਰਿਹਾ ਸੀਗਾ 8 8 9 9 ਪਿੰਡ ਚ ਗਾਉਣ ਜਾਣਾ ਜਦੋਂ ਹਰ ਇੱਕ ਜਗ੍ਹਾ ਤੇ ਕਿਤੇ ਅੱਧਾ ਘੰਟਾ ਕਿਤੇ 20 ਮਿੰਟ ਕਿਤੇ ਘੰਟਾ ਘੰਟਾ ਵੀ ਲੱਗ ਜਾਂਦਾ ਸੀਗਾ ਇੱਕ ਸਰੋਤਾ ਐਸਾ ਆਇਆ ਉਹ ਮੈਨੂੰ ਗਲੇ ਦੀਆਂ ਗੋਲੀਆਂ ਦੇਖ ਕੇ ਗਿਆ ਤੇ ਨਾਲ ਮੈਨੂੰ 100 ਰੁਪਏ ਉਹ ਮੈਂ ਕੱਲ ਕਦੇ ਵੀ ਨਹੀਂ ਭੁੱਲ ਸਕਦਾਗਾ ਜੀ ਹਾਂਜੀ ਗਲੇ ਦੀਆਂ ਗੋਲੀਆਂ ਦੇਖ ਕੇ ਗਿਆ ਵੀ ਇੰਨਾ ਸਰਗਾਰਿਆ ਬੰਦਾ ਸੱਚੀ ਗੱਲ ਹੈ ਜੀ ਹਾਂ ਨਹੀਂ ਤਾਂ ਜੀ ਜਿਵੇਂ ਪੁਰਾਣੇ ਬੰਦੇ ਗਾ ਸਕਦੇ ਨੱਚ ਜਿਹੜੇ ਨਵੇਂ ਬੰਦੇ ਐ ਇਹ ਤਾਂ ਜਾਂਦਾ ਪਿੱਛੇ ਸੀੜੀ ਚੱਲ ਪੈਂਦੀ ਐ ਤੇ ਇਹਨਾਂ ਦਾ ਰਿਆਸਤ ਤਾਂ ਕੋਈ ਖਾਸ ਹੁੰਦਾ ਨਹੀਂਗਾ ਜੀ ਜੇਕਰ ਆਪ ਹੁਣਾਂ ਰਿਆਜ਼ ਦੀ ਗੱਲ ਕਰੀ ਗਈ ਤਾਂ ਤੁਸੀਂ ਦੋਨੋਂ ਜਾਣੇ ਜਾਂ ਤੁਹਾਡੇ ਹਸਬੰਡ ਬੈਮ ਹਨਾ ਤਾਂ ਉਹ ਰਿਆਜ਼ ਕਿੰਨਾ ਚਿਰ ਕਰਦੇ ਹੋ ਤੁਸੀਂ ਰਿਆਜ਼ ਅਸੀਂ ਬਸ ਜਦੋਂ ਬਹਿ ਕੇ ਸਾਨੂੰ ਪਤਾ ਨਹੀਂ ਲੱਗਦਾ ਵੀ ਦਿਨ ਛਿਪ ਗਿਆ ਠੀਕ ਹੈ ਜੀ ਹਾਂ ਇਦਾਂ ਚੱਲਦਾ ਸਾਡਾ ਰਿਆਜ਼ ਤੇ ਸਟੂਡੀਓ ਦੇ ਵਿੱਚ ਜਦੋਂ ਰਿਕਾਰਡਿੰਗ ਹੁੰਦੀ ਹੈ ਕਿੰਨੇ ਟਾਈਮ ਦੇ ਵਿੱਚ ਇੱਕ ਗਾਣਾ ਰਿਕਾਰਡ ਕਰਦੇ ਹੋ ਅਸੀਂ ਗਾਣੇ ਹੁਣ ਤਿੰਨ ਕਰਕੇ ਆਉਂਦੇ ਆ ਜੀ ਬਸ ਦੋ ਘੰਟੇ ਲੱਗੇ ਸਾਨੂੰ ਤਿੰਨਾ ਗਾਣੇ ਹਾਂ ਤਿੰਨ ਗਾਣੇ ਮਲਕ ਉਹ ਏਦਾਂ ਹੁਣ ਸਿਸਟਮ ਹੋਰ ਚੱਲ ਪਿਆ ਥੋੜਾ ਜਿਹਾ ਪਹਿਲਾਂ ਕੱਲੀ ਵੋਕਲ ਕਰ ਦਿੰਦੇ ਬਾਅਦ ਚ ਉਹਦੇ ਚ ਮਿਊਜ਼ਿਕ ਹੁੰਦਾ ਹੈਗਾ ਠੀਕ ਹੈ ਠੀਕ ਹੈ ਹਾਂ ਇਹ ਨਹੀਂ ਮਿਊਜ਼ਿਕ ਨਾਲ ਐਡ ਨਹੀਂ ਕਰਨਾ ਮਿਊਜ਼ਿਕ ਨਾਲ ਐਡ ਨਹੀਂ ਕਰਤਾ ਪੰਦਾ ਕੱਲੀ ਵੋਕਲ ਕਰ ਦੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਮਿਊਜ਼ਿਕ ਉਹਦੇ ਚ ਹੁੰਦਾ ਰਹਿੰਦਾ ਹੈ ਬਹੁਤ ਵਧੀਆ ਲੱਗਿਆ ਤੁਹਾਡੇ ਤੋਂ ਸਾਰੀਆਂ ਗੱਲਾਂ ਸੁਣ ਕੇ ਤੇ ਤੁਹਾਡੇ ਨਾਲ ਗੱਲਬਾਤ ਕਰਕੇ ਜਦੋਂ ਕੋਈ ਵੀ ਸਿੰਗਰ ਪਹਿਲੀ ਵਾਰੀ ਰਿਕਾਰਡਿੰਗ ਕਰਦਾ ਤਾਂ ਇੱਕ ਬਹੁਤ ਵਧੀਆ ਐਕਸਪੀਰੀਅੰਸ ਹੁੰਦਾ ਉਹਨਾਂ ਦਾ ਤੁਸੀਂ ਪਹਿਲੀ ਵਾਰੀ ਜਦੋਂ ਸਟੂਡੀਓ ਗਏ ਸੀ ਕਿ ਕਿਵੇਂ ਦਾ ਮਹਿਸੂਸ ਕੀਤਾ ਬਹੁਤ ਚੰਗਾ ਲੱਗਿਆ ਜੀ ਪਹਿਲਾਂ ਤਾਂ ਨੀਂਦ ਨਹੀਂ ਆਈ ਮੈਨੂੰ ਸਾਰੀ ਰਾਤ ਕਿ ਸਟੂਡੀਓ ਜਾ ਕੇ ਗਾਣਾ ਜੀ ਬੜਾ ਮਨ ਨੂੰ ਖੁਸ਼ੀ ਮਿਲੀ ਤੇ ਜਾ ਕੇ ਜਦੋਂ ਪਹਿਲਾ ਗੀਤ ਕੀਤਾ ਮੈਂ ਤੇ ਬੜਾ ਪਿਆਰਾ ਗੀਤ ਆ ਉਹ ਵੀ ਬੜਾ ਵਧੀਆ ਸੀਗਾ ਇੱਕ ਲੜਕੀ ਬਾਹਰਲੇ ਦੇਸ਼ ਵਿਆਹੀ ਜਾਂਦੀ ਹੈ ਜੀ ਤੇ ਆਪਦੇ ਬਾਪੂ ਨੂੰ ਇੱਕ ਖੱਤ ਲਿਖਦੀ ਹੈ ਜੀ ਕਹਿੰਦੀ ਜੇ ਕਿ ਤੂੰ ਮੈਨੂੰ ਪੰਜਾਬ ਦੇ ਵਿੱਚ ਵਿਆਹੀ ਹੁੰਦੀ ਤਾਂ ਮੈਂ ਬੜਾ ਸੁਖੀ ਰਹਿਣਾ ਸੀਗਾ ਉਹ ਤੁਹਾਡੀਆਂ ਸੁਣਾਉਣਾ ਮੈਂ ਤੁਹਾਨੂੰ ਸੁਖੀ ਹੋਇਆ ਬਾਬਲਾ ਬਦੇਸ਼ਤੀ ਨੂੰ ਵਿਆਕੇ ਸਿਰੋਂ ਪਰ ਲਾਤਾ ਤੂੰ ਬਦੇਸ਼ੀ ਲੜਲਾਕੇ ਸੁਖੀ ਹੋਇਆ ਬਾਬਲਾ ਬਦੇਸ਼ਤੀ ਨੂੰ ਵਿਆਕੇ ਸਿਰੋਂ ਪਰ ਲਾਤਾ ਤੂੰ ਬਦੇਸ਼ੀ ਲੜਲਾਕੇ ਦਿਨ ਰਾਤ ਹੀ ਕੰਮਾਂ 'ਚ ਗਵਾਚੇ ਇਹ ਰਹਿੰਦੇ ਦਿਨ ਰਾਤ ਹੀ ਕੰਮਾਂ 'ਚ ਗਵਾਚੇ ਇਹ ਰਹਿੰਦੇ ਲੱਗੇ ਮੇਰੇ ਨਾਲੋਂ ਚੰਗਾ ਰੁਜ਼ਗਾਰ ਬਾਬਨਾ ਮਿਲਦਾ ਨਹੀਂ ਧੀਆਂ ਨੂੰ ਬਦੇਸ਼ਾਂ ਵਿੱਚ ਵਿਆਕੇ ਜਿਹੜਾ ਮਿਲਦਾ ਪੰਜਾਬ ਵਿੱਚ ਪਿਆਰ ਬਾਬਲਾ ਮਿਲਦਾ ਨਹੀਂ ਧੀਆਂ ਨੂੰ ਵਿਦੇਸ਼ਾਂ ਵਿੱਚ ਵਿਆਹ ਕੇ ਜਿਹੜਾ ਮਿਲਦਾ ਪੰਜਾਬ ਵਿੱਚ ਪਿਆਰ ਬਾਬਲਾ ਕੀ ਬਾਤ ਹੈ ਜੀ ਬਹੁਤ ਤੋਰ ਦਿੰਦਾ ਮੈਨੂੰ ਕਿਸੇ ਹਲਵਾ ਹੋ ਜੱਟ ਨਾਲ ਰੁੱਖੀ ਮਿੱਸੀ ਖਾ ਕੇ ਡੰਗਸਾਰ ਦੀ ਸਾਰਾ ਸਾਰਾ ਦਿਨ ਮੇਰਾ ਫਿਕਰਾਂ ਚ ਲੰਗੇ ਮੈਂ ਤਾਂ ਵਾਂਝੀ ਰਹਿੰਦੀ ਮਾਹੀ ਦੇ ਪਿਆਰ ਦੀ ਜਾ ਕੇ ਉਹ ਕਲਬਾਂ ਵਿੱਚ ਮੌਜ ਮੇਲਾ ਕਰੇ ਜਾਕੇ ਉਹ کلبਾਂ ਵਿੱਚ ਮੌਜ ਮੇਲਾ ਕਰੇ ਇਸ ਤਤੜੀ ਦੇ ਲੈਂਦਾ ਨਹੀਂ ਉਹ ਸਾਰ ਬਾਵਲਾ ਮਿਲਦਾ ਨਹੀਂ ਧੀਆਂ ਨੂੰ ਵਿਦੇਸ਼ਾਂ ਵਿੱਚ ਵਿਆਹ ਕੇ ਜਿਹੜਾ ਮਿਲਦਾ ਪੰਜਾਬ ਵਿੱਚ ਪਿਆਰ ਬਾਵਲਾ ਮਿਲਦਾ ਨਹੀਂ ਧੀਆਂ ਨੂੰ ਵਿਦੇਸ਼ਾਂ ਵਿੱਚ ਵਿਆਹ ਕੇ ਜਿਹੜਾ ਮਿਲਦਾ ਪੰਜਾਬ ਵਿੱਚ ਪਿਆਰ ਬਾਵਲਾ ਕੀ ਗੀਤ ਗਿੱਤਾ ਸੀ ਬਹੁਤ ਵਧੀਆ ਜੀ ਜਿਵੇਂ ਇੱਕ ਬੰਦੇ ਨੂੰ ਆਪ ਦਾ ਸਟੂਡੀਓ ਦਾ ਪਹਿਲਾ ਕਿੱਸਾ ਯਾਦ ਹੁੰਦਾ ਹਾਂ ਜੀ ਉਹ ਮੇਂ ਪਹਿਲੀ ਸਟੇਜ ਵੀ ਯਾਦ ਹੁੰਦੀ ਹੈ ਤੇਕ ਸਟੇਜ ਤੁਸੀਂ ਜੋ ਪਹਿਲੀ ਲਾਈਵ ਚ ਕੀਤੀ ਸੀਗੀ ਉਹ ਵੀ ਅਸੀਂ ਸੁਣਨਾ ਚਾਹਾਂਗੇ ਸਟੇਜ ਸਾਡੇ ਗਿੱਦੜਵਾ ਤਰਵੈਣੀ ਕਲਾ ਮੰਚ ਇੱਕ ਕਲੱਬ ਬਣਿਆ ਸੀ ਸਾਡੇ ਜਿਹੜੇ ਮੰਡੀ ਦੇ ਮੌਤਵਾਰ ਮਲਕੇ ਬੰਦੇ ਸੀ ਸੀਨੀਅਰ ਬੰਦੇ ਸ਼ਾਮ ਗਟਾਰੀਆ ਜੀ 우ਸਤਾਦ ਮੁਖਤਬੇਰੀ ਸ਼ਰਮਾ ਜੀ ਇੱਕ ਥਾਲੀਵਾਲ ਸਾਹਿਬ ਸੀਗੇ ਤੇ ਸਵਰਗੀ ਜਨਾਬ ਹਾਕਮ ਸੂਫੀ ਜੀ ਸਾਰੇ ਸੀਗੇ ਜਨਕੀ ਮੌਤਵਾਰ ਬੰਦੇ ਸੀ ਤੇ ਉਦੋਂ ਸਟੇਜ ਇੱਕ ਡੀਏਵੀ ਸਾਡੇ ਕਾਲਜ ਅਗੇ ਦਰਵਾਜ਼ੇ ਵਿੱਚ ਜੀ ਤੇ ਉੱਥੇ ਇੱਕ ਸਟੇਜ ਲੱਗੀ ਸੀ ਇੱਕ ਤਰਵੈਨੀ ਕਲਾ ਮੰਚ ਦਾ ਪ੍ਰੋਗਰਾਮ ਸੀ ਉੱਥੇ ਮੈਂ ਸਭ ਤੋਂ ਪਹਿਲਾਂ ਗੀਤ ਉੱਥੇ ਗਿਆ ਸੀ ਜੀ ਤੇ ਕਿਵੇਂ ਦਾ ਹੰਗਾਰਾ ਮਿਲਿਆ ਬਹੁਤ ਵਧੀਆ ਰਿਸਪੋਂਸ ਬਹੁਤ ਵਧੀਆ ਸੀਗਾ ਬੜੀਆਂ ਤਾੜੀਆਂ ਮਾਰੀਆਂ ਬੜੇ ਨੱਚੇ ਟੱਪੇ ਲੋਕ ਜੀ ਤੇ ਉਹ ਵੀ ਮੈਂ ਆਪ ਦਾ ਲਿਖਿਆ ਹੋਇਆ Song ਸੀਗਾ ਉਹ ਗਾਇਆ ਸੀ ਉੱਥੇ ਜੀ ਆ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੈਂ ਸਰੋਤਿਆਂ ਨੂੰ ਦੱਸਣਾ ਚਾਹਣਾ ਕਿ ਸਾਡੇ ਵਿਚਕਾਰ ਜੋ ਜੈਵੀ ਢਾਲੀਵਾਲ ਭਾਜੀ ਆਏ ਨੇ ਤੇ ਮੈਂ ਮਾਏ ਨੇ ਤਾਂ ਅਸੀਂ ਇਹਨਾਂ ਦਾ ਦੁਬਾਰਾ ਫੇਰ ਧੰਨਵਾਦ ਕਰਦੇ ਹਾਂ ਤੇ ਇਸ ਦੇ ਨਾਲ ਹੀ ਅਸੀਂ ਅੱਜ ਦੇ ਪੋਡਕਾਸਟ ਦੀ ਸਮਾਪਤੀ ਕਰਨ ਜਾ ਰਹੇ ਹਾਂ ਤੇ ਬਹੁਤ ਬਹੁਤ ਇੱਕ ਵਾਰੀ ਫੇਰ ਧੰਨਵਾਦ ਕਰਦੇ ਹਾਂ ਜੈਵੀ ਧਾਲੀਵਾਲ ਜੀ ਤੇ ਲਵਜੀਤ ਧਾਲੀਵਾਲ ਜੀ ਦਾ ਕਿ ਰੱਬ ਇਸੇ ਤਰ੍ਹਾਂ ਇਹਨਾਂ ਨੂੰ ਤਰੱਕੀਆਂ ਬਖਸ਼ੇ ਹੋਰ ਅਖਾੜੇ ਲੱਗਦੇ ਰਹਿਣ ਨਵੇਂ ਗੀਤ ਆਉਂਦੇ ਰਹਿਣ ਤੇ ਮੈਂ ਚਾਹੂੰਗਾ ਕਿ ਜੈਵੀ ਭਾਜੀ ਇੱਕ ਮੈਸੇਜ ਜ਼ਰੂਰ ਦੇਣ ਸਾਡੇ ਸਰੋਤਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਹਰਮਨ ਭਾਜੀ ਦਾ ਸਾਰੀ ਟੀਮ ਦਾ ਜਿਨ੍ਹਾਂ ਨੇ ਸਾਨੂੰ ਬੁਲਾ ਕੇ ਸੰਜੀਵ ਗਰੋਵਰ ਜੀ ਮੇਰੇ ਬਹੁਤ ਪਿਆਰੇ ਮਿੱਤਰ ਨੇ ਜੀ ਉਹਨਾਂ ਉਹਨਾਂ ਦੇ ਜ਼ਰੀਏ ਤੁਹਾਡੇ ਨਾਲ ਮੇਲ ਹੋਇਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਜਿੰਨੇ ਵੀ ਸੁਣਨ ਵਾਲੇ ਸਰੋਤੇ ਪੰਜਾਬੀ ਮੇਰੇ ਵੀਰ ਸਾਰਿਆਂ ਨੂੰ ਗੁਜਾਰਸ਼ ਆ ਵੀ ਚੰਗਾ ਸੁਣੋ ਚੰਗਾ ਗਾਓ ਸਾਰੇ ਜਣੇ ਵਧੀਆ ਗਾਓ ਕਰੋ ਬਹੁਤ-ਬਹੁਤ ਧੰਨਵਾਦ ਥੈਂਕ ਯੂ ਭਾਜੀ ਸਸਰੀ ਕਾ ਜੀ ਜਿਵੇਂ ਅਸੀਂ ਇਸ ਪੋਡਕਾਸਟ ਦੀ ਸ਼ੁਰੂਆਤ ਕੀਤੀ ਸੀ ਇਹਦਾ ਐਂਡ ਵੀ ਉਸੇ ਤਰੀਕੇ ਨਾਲ ਭਾਜੀ ਹਰਿਆ ਦੇ ਗਾਣੇ ਨਾਲ ਕਰਾਂਗੇ ਤਾਂ ਉਹ ਸਾਡੇ ਪੋਡਕਾਸਟ ਦੀ ਐਂਡਿੰਗ ਹੋਏਗੀ ਪਾਣੀ ਵਿੱਚ ਮਾਰਾਂ ਡੀਟਾਂ ਕਰਦੀ ਪਈ ਰੋਜ਼ ਉੜੀਕਾਂ ਪਾਣੀ ਵਿੱਚ ਮਾਰਾਂ ਡੀਟਾਂ ਕਰਦੀ ਪਈ ਰੋਜ਼ ਉੜੀਕਾਂ ਰਾਜਨ ਮਿਲਵਾ ਦੇ ਰੱਬਾ ਪਾਵੇਂ ਨਾ ਦੂਰ ਤੇਰੀਕਾਂ ਹੋ ਵਿਛੜਿਆ ਯਾਰ ਮਿਲਾ ਦੇ ਓਏ ਸੱਜਣਾ ਦੇ ਮੇਲ ਇਕਰਾ ਦੇ ਓਏ ਹਾਏ ਸੱਜਣਾ ਦੇ ਮੇਲ ਇਕਰਾ ਦੇ ਓਏ